ਰੱਜਿਆ ਸੀ ਤਾਂ ਸਾਰੇ ਦੀ ਜਾਈ ਨਾਨ ਦਾ ਕੀ ਬਗਾਨ ਨਾ 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 ਕਰਦੇ ਕੱਪੜੇ ਸਾਡੇ ਕੱਪੜਿਆਂ 'ਚ ਨਾ ਸਿੱਟਿਆ ਕਰ ਇਹਨਾਂ ਨੂੰ ਧੋ ਦਿੰਦੇ ਤੇਰੇ ਉਹੀ ਬਾਤ ਆ ਚਾਹ ਦੇ ਦਿੰਦੇ ਪਾਣੀ ਦੇ ਦਿੰਦੇ ਰੋਟੀ ਡੁੱਕ ਦਿੰਦੇ ਤੂੰ ਤਹੀਂ ਤਾਂ ਚੜ੍ਹਦੀ ਜਾਂਦੀ ਆ ਸਾਰੀ ਮਿੱਟੀ ਲਹੀ ਪਈ ਹੈ ਚੁੱਲ੍ਹੇ 'ਚ ਮਿੱਟੀ ਨਹੀਂ ਕਿਤੇ ਮਿਲਦੀਆਂ ਲੈ ਮਿੱਟੀ ਲਾ ਦਈਏ ਸਾਫ਼ ਹੋ ਜੇ ਮਾੜਾ ਜਿਹਾ ਵਿੱਚੋਂ ਸਾਰਾ ਉੱਖੜਦਾ ਜਾਂਦਾ ਕੁੜੇ ਵੀਰਪਾਲ ਹਾਂ ਬੇਬੇ ਆ ਮੰਜਾ ਢਾਹੀ ਕਿਹੜਾ ਕੀ ਬੇਬੇ ਮੇਰੇ ਤਾਂ ਪਹਿਲੀ ਢੋਈ ਦੁਖਦੀ ਹੈਗੀ ਮੈਂ ਦੋਵੇਂ ਨਹੀਂ ਡਰਦੀ ਭਾਰ ਚੱਕਦੀ ਡਾਕਟਰ ਦਾ ਬੰਦ ਕਰਿਆ ਹੋਇਆ ਕੁੜੇ ਨਹੀਂ ਚੱਕਦੀ ਮੈਂ ਡਾ ਲੈਂਦੀ ਹਾਂ ਪੁੱਤ ਤੂੰ ਕਿੱਥੋਂ ਡਾਲੇਂਗੀ ਇੱਥੇ ਡਿੱਗ ਜਾਏਂਗੀ ਫਿਰ ਤੈਨੂੰ ਡਾਕਟਰਾਂ ਦੇ ਚੱਕੀ ਫਿਰਾਂਗੇ ਮਾਰਦੇ ਆ ਬੇਬੇ ਲੱਛੀ ਨੂੰ ਬਾਅਦ ਤੂੰ ਅੰਦਰ ਨਹੀਂ ਬੈਠਿਆ ਆਉਂਦਾ ਦੁਪਹਿਰੇ ਦੁਪਹਿਰੇ ਨਹੀਂ ਡਿੱਗਦੀ ਸਾਡ ਆਇਓ ਬੇਬੇ ਨੂੰ ਮੰਜਾ ਬੇਬੇ ਕਿੱਧਰੋਂ ਆਈ ਆ ਦੁਪਹਿਰੇ ਘਰੇ ਬਹਿ ਜਾ ਕਰਨ ਟੇਕੇ ਤੂੰ ਬੇ ਉਹਨਾਂ ਦੇ ਪੰਜੀਰੀ ਆਈ ਤੀ ਅੰਦਰਲੇ ਘਰ ਵਾਲਿਆਂ ਦੇ ਤੇਰੇ ਚਾਚੇ ਕੀ ਟੇਕੇ ਨਹੀਂ ਬੈਠੀ ਦਾ ਮੈਂ ਦੇਖਣ ਵਾਗੀ ਲੀੜਾ ਕੱਪੜਾ ਫਿਰ ਤੁਹਾਨੂੰ ਜਾਣਾ ਪੈਂਦਾ ਮੈਂ ਤੇ ਡਿੱਗ ਗਈ ਤੈਨੂੰ ਸਾਹਮਣੇ ਦੱਸ ਤੂੰ ਟੇਕੇ ਨਹੀਂ ਬੈਠੀ ਦਾ ਘਰੇ ਜਾਏ ਬਿਨਾ ਸਰਦਾ ਨਹੀਂ ਐ ਕਰੇ ਕਿਵੇਂ ਬਹਿ ਜਾ ਸਰਦਾ ਨਹੀਂ ਤੈਨੂੰ ਜਾਏ ਬਿਨਾ ਗਰਮੀ ਤਾਂ ਉਸ ਤੋਂ ਕਿੰਨੀ ਪੈਂਦੀ ਹੈ ਫਿਰ ਕੀ ਕਰਾਂ ਹੁਣ ਬੇਉਰੇ ਬਹਿ ਜਾਂਦਾ ਤੇਰੇ ਕੋਲੇ ਬੈਠ ਕੇ ਦੱਸ ਕੀ ਕਰੂੰ ਮੈਂ ਫਿਲਮ ਦੇਖੀ ਜਾਂਦਾ ਸੀਗਾ ਬੇ ਮੈਂ ਤੁਹਾਨੂੰ ਦੇਖ ਦੇਖ ਜਿਉਨੀ ਆ ਜਿਉਣੀ ਆ ਦੇਖ ਦੇਖ ਆਪ ਤਾਂ ਦੁਪਹਿਰੇ ਟਿਕਣਾ ਦੂਜੇ ਨੂੰ ਟਿਕਣ ਦੀ ਲੈ ਵੜ ਬੇਬੇ ਪਾਣੀ ਬਹਿ ਜਾਤੀ ਹੈ ਮੇਰੇ ਕੋਲੇ ਬਹਿ ਕੇ ਕੀ ਕਰੂੰ ਬੇਬੇ ਦਮ ਲੈਂਦੀ ਹਾਂ ਹੁਣ ਕੰਮ ਕਰਕੇ ਹਟੀ ਸੀ ਕੁੜੇ ਲੱਛੀ ਤਾਂ ਨਹੀਂ ਬਹਿੰਦਾ ਮੇਰਾ ਪੁੱਤ ਮੈਂ ਤਾਂ ਤੁਹਾਨੂੰ ਦੇਖ ਦੇਖ ਕੇ ਜਿਉਨੀ ਆ ਸਰ ਦਿਨ ਤੇਰੀ ਆਓ ਭਗਤ ਕਰਦੇ ਰਹਿਣੇ ਕਦੇ ਪਾਣੀ ਫੜਾ ਜਾ ਕਦੇ ਚਾਹ ਫੜਾ ਜਾ ਗੱਲ ਹੈ ਕੋਈ ਦੁਪਹਿਰੇ ਟਿਕਣ ਦਾ ਟਾਈਮ ਹੈ ਆਰਾਮ ਵੀ ਨਹੀਂ ਕਰਨ ਦਿੰਦੀ ਨਿਆਣੇ ਨੇ ਹੌਲੀ ਹੌਲੀ ਸਮਝ ਆ ਜੂਗੀ ਫਿਰ ਵੀ ਮੇਰੇ ਜਵਾਕ ਨੇ ਅੰਦਰੋਂ ਤਾਂ ਮੇਰਾ ਕਰਦੇ ਨੇ ਐਂ ਤਾਂ ਪਤਾ ਹੀ ਹੈ ਵੀ ਮਾਂ ਮੈਂ ਉਹਨਾਂ ਦੀ ਨਾ ਇਹੋ ਜਿਹੀ ਕੋਈ ਗੱਲ ਨਹੀਂ ਮੋਹ ਤਾਂ ਮੇਰਾ ਕਰਦੇ ਨੇ ਆਰਾਮ ਜਿਹਾ ਕਰਤਾ ਫਿਰ ਅੱਬਾ ਠੰਡ ਕਰਤੀ ਜਿਹੜੀ ਆਰਾਮਦਾਰੀ ਆ ਗਈ ਬੜੀ ਗਰਮੀ ਸੀ ਬੜੀ ਗਰਮੀ ਸੀ ਤਾਂ ਖਾਣ ਪੜ੍ਹਾ ਇੱਕ ਤਾਂ ਪੜ੍ਹਨਾ ਨਹੀਂ ਆਉਂਦੇ ਨਾ ਤਾਂ ਇਹ ਹੋਣਗੇ ਕੀ ਪੈਸੇ ਕਹਿੰਦਾ ਤਾਂ ਏਸੀ ਫੁੱਲ ਚਲਾਉਂਦੇ ਸੀ ਮੈਂ ਤਾਂ ਇਕੱਲੀ ਜਾਣੀ ਹੈ ਜਾਣ ਦੀ ਜਾਣ ਹੈ ਕਦੇ ਪੱਖਾ ਲਾ ਲਿਆ ਸੁੱਤੀ ਪਈ ਹੈ ਭੈਣ ਤਾਂ ਮੈਨੂੰ ਲੱਗਦਾ ਇਹਨੂੰ ਤਾਂ ਕਾਹਨੂੰ ਉਠਾਉਣਾ ਹੈ ਜਵਾਕਾਂ ਨੂੰ ਫੜਾਉਣੀ ਅੰਦਰ ਬਿਲ ਵੀਰਪਾਲ ਨਹੀਂ ਵੀਰਪਾਲ ਚਾਚੀ ਹਾਂ ਚਾਚੀ ਲੈ ਪੁੱਤ ਤੁਹਾਡਾ ਬਿੱਲ ਅੱਛਾ ਉਹ ਬਿੱਲ ਵਾਲਾ ਭਾਈ ਮੈਨੂੰ ਫੜਾ ਕੇ ਅੱਛਾ ਅੱਛਾ ਮਤਲਬ ਤੁਹਾਡਾ ਬਾਹਰ ਖੜਕਾਇਆ ਸੀ ਪਤਾ ਨਹੀਂ ਸੁਣਿਆ ਨਹੀਂ ਫਿਰਦੀ ਤਾਂ ਮੈਂ ਉਰੀ ਸੀ ਸੁਣਿਆ ਸੁਣਿਆ ਨਹੀਂ ਹੈਗਾ ਸੁਣਦਾ ਨਹੀਂ ਮੈਂ ਹਾਂ ਕੀ ਕਰਕੇ ਹਟੀ ਹੈ ਮਸ਼ੀਨ ਜੀ ਸਾਫ਼ ਕਰਕੇ ਹਟੀ ਤੀ ਅੱਛੀ ਸੂਟ ਬਣਾਉਣਾ ਤੀ ਕਿਸੇ ਦਾ ਅੱਛਾ ਚੱਲ ਭਾਈ ਨਹੀਂ ਵੀਰ ਪਰ ਪਾਣੀ ਦੀ ਤੇਲ ਲੱਗੀ ਪਈ ਮੈਨੂੰ ਤਾਂ ਪਾਣੀ ਦੀ ਭੈਣ ਮਣ ਕੇ ਪਿਆ ਦਿੰਦੇ ਚਾਚੇ ਜੀ ਬਹਿ ਜਾ ਕੁਰਸੀ ਲੈ ਲਾ ਲਿਆ ਉਰੀ ਲਿਆ ਦੇ ਲੈ ਕੁਰਸੀ ਲੈ ਕੇ ਗੁੰਮ ਸਕਾਰ ਰੱਖਿਆ ਅੱਜ ਫੇਰ ਆਊਗਾ ਹੋਰ ਚੜੀ ਲਾ ਲਿਓ ਆਪਣੇ ਤਾਂ ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਕਰ ਲਿਆ ਹੋਰ ਲੋੜ ਵੇਲੇ ਪਾਇਆ ਨਹੀਂ ਉਦੋਂ ਬਥੇਰਾ ਸਾਰਾ ਸੌਣ ਲੰਘ ਗਿਆ ਦੇਖਾ ਨਾ ਹੁਣ ਤਾਂ ਭਾਦੋਂ ਵੀ ਸ਼ੁੱਕਰਵਾਰੀ ਸੰਗਰਾਂਦ ਮਿਲਦਾ ਨਾ ਲੈ ਚਾਚੇ ਲਿਆ ਪੁੱਤ ਕੌਣ ਬੈਠੀ ਹੈ ਸਮਝ ਨਹੀਂ ਆਉਂਦੀ ਕਿਹੜੀ ਹੋਈ ਐਂ ਜੇ ਲੱਗਦਾ ਜੇ ਮੈਂ
ਚਾਚੀ ਲੱਗਦੀ ਹੈ ਮੈਨੂੰ ਤਾਂ, ਉਹੀ ਹੋਣੀ ਦੇਖਾਂ ਇਹ ਕੀ ਲੈਣ ਆ ਗਈ, ਇਹਨੂੰ ਮੇਰੇ ਕੋਲ ਦੀ ਟੱਪ ਕੇ ਬਾਕੀ ਮੈਨੂੰ ਪਤਾ ਹੀ ਨਹੀਂ ਲੱਗਿਆ, ਹੱਥ ਲੱਗ ਗਈ ਮੇਰੇ। ਸਤਿ ਸ਼੍ਰੀ ਅਕਾਲ ਭੈਣੀ। ਲੈ ਪੁੱਤ ਤੂੰ ਮੇਰੇ ਕੋਲ ਦੀ ਟੱਪੇ ਆਈ, ਸਤਿ ਸ਼੍ਰੀ ਅਕਾਲ। ਸੁੱਤੀ ਪਈ ਸੀ ਹੈਂ, ਸੁੱਤੀ ਪਈ ਸੀ ਤੂੰ, ਕੀ ਲੈਣ ਆਈ ਸੀ ਤੂੰ? ਮੈਂ ਤਾਂ ਬਿੱਲ ਫੜਾਉਣ ਆਈ ਸੀ ਭੈਣੇ, ਬਿੱਲਾਂ ਵਾਲਾ ਭਾਈ ਆਇਆ ਸੀ। ਫੜਾਤਾ ਬਿੱਲ? ਹਾਂ ਫੜਾਤਾ। ਚੱਲ ਛੱਡ ਫਿਰ ਤੂੰ, ਜਾ ਕਰ ਲੈ ਆਰਾਮ, ਆਹ ਕੁਰਸੀ ਕਰ ਦੇ ਮਾੜੀ ਜੀ ਇੱਧਰ ਮੇਰੇ ਕੋਲ। ਦੂਜੀ ਲੈਣੇ ਮੈਂ ਭਿੰਦਰੋਂ। ਚੱਲ ਕੋਈ ਨਾ ਪੁੱਤ, ਤੇਰੀ ਚਾਚੀ ਨੇ ਵੀ ਆਰਾਮ ਕਰਨਾ ਹੁਣ, ਸਾਰਾ ਦਿਨ ਆਪਦੀਆਂ ਪਕਾ ਲਈਆਂ ਖਾ ਲਈਆਂ, ਹੁਣ ਇਹ ਵੀ ਤਾਂ ਆਰਾਮ ਕਰੂਗੀ। ਲੈ ਭੈਣੇ ਸਾਂਭ ਲੈ ਕੁਰਸੀ। ਨਾ ਕੁਰਸੀ ਦੀ ਤਾਂ ਕੋਈ ਗੱਲ ਨਹੀਂ, ਕੁਰਸੀਆਂ ਤਾਂ ਬਥੇਰੀਆਂ ਪਈਆਂ ਨੇ। ਇਹ ਕਦੋਂ ਕਦੀ ਆਈ ਸੀ ਮੇਰੇ ਕੋਲ? ਹੁਣੇ ਆਈ ਸੀ, ਬਿੱਲ ਫੜਾ ਕੇ ਹਟੀ ਸੀ, ਕਹਿੰਦੀ ਪਾਣੀ ਦੀ ਪਿਆਸ ਲੱਗੀ ਹੈ। ਲੈ ਦੁਪਹਿਰੇ ਦੁਪਹਿਰੇ ਉਹੀ ਨਹੀਂ ਬੰਦਾ ਕਿਸੇ ਦੇ ਆਉਂਦਾ ਹੁੰਦਾ। ਲੈ ਫਿਰ ਕਿਉਂ ਗਿਆ ਬਿੱਲਾਂ ਵਾਲਾ ਭਾਈ ਖੜਾ ਸੀ ਬਿੱਲ ਫੜਾਉਣ ਆ ਗਿਆ। ਪਿਛਲੇ ਪੈਰ ਫੜਾਉਣ ਦੀ ਹੁਣ ਕਿਹੜਾ ਪੁੱਤ ਜ਼ਰੂਰੀ ਸੀ ਕੋਈ? ਐਡੀ ਕੀ ਗੱਲ ਆ ਗਈ। ਹੋਰ ਹੁਣ ਤੁਸੀਂ ਮੇਰੇ ਜਵਾਕ ਹੋ, ਮੈਂ ਤਾਂ ਤੁਹਾਨੂੰ ਹੀ ਕਹਿਣਾ। ਉਹ ਗਲਾਸ ਕਿੱਥੇ ਧਰਿਆ ਤੇ ਚੱਕ ਕੇ? ਆ ਪਿਆ ਬਾਹਰ ਚੱਕ ਕੇ ਨੇ, ਤੈਨੂੰ ਸਵਾਰ ਨਾਲ ਮਾਂਜ ਕੇ ਲਿਆਈ। ਲੱਗਾਂ ਬੇਬੇ ਉਹਨੂੰ ਕਹਿੰਦਾ ਚਾਚੀ ਆਪਦੀ ਹੈ ਕਿਉਂ ਕਿਸੇ ਦੀ ਹੈ? ਲੈ ਚਾਚੀ ਆਪਦੀ ਹੈ, ਇਹ ਤਾਂ ਜਿੱਦਾਂ ਦੀ ਆਈ ਹੈ ਇਹਨੇ ਤਾਂ ਪਛਾੜੀ ਲਿਆਤਾ ਘਰ ਜਮਾਂ, ਮਾੜੇ ਕੰਮ ਵਾਲੀ ਹੈ ਇਹ। ਆਪਣਾ ਤਾਂ ਲਈਏ ਘਰ ਸੀ, ਹੁਣ ਇਹ ਆਪਣੇ ਨਾਲ ਦਾ ਜਾਇਦਾਦ ਸੀ, ਇਹਦੇ ਕੋਲੇ ਆਪਣੇ ਨਾਲ ਦਾ ਘਰ ਸੀ, ਉਹ ਇੱਕ ਰਹਿ ਗਈ ਖੁੱਡੀ ਜਿਹੜੀ 'ਚ ਬਹਿੰਦੀ ਹੈ। ਬੇਬੇ ਮੈਂ ਕਿਹੜਾ ਘਰੇ ਸੱਦਣ ਜਾਂਦੀ ਹਾਂ, ਆਪ ਆ ਜਾਂਦੀ ਹੈ, ਐਡੀ ਕੀ ਗੱਲ ਹੈ? ਆਉਂਦੀ ਆਈ ਹੈ ਇਹਦੇ, ਮੈਨੂੰ ਨਹੀਂ ਕੋਈ ਚੱਕਰ। ਬੇਬੇ ਮੇਰਾ ਨਾ ਦਿਮਾਗ ਜਿਹਾ ਖਰਾਬ ਕਰਿਆ ਕਰ ਫਾਲਤੂ ਦੀਆਂ ਗੱਲਾਂ ਦੀਆਂ ਨਾਲ। ਇਹ ਫਾਲਤੂ ਗੱਲਾਂ ਨਹੀਂ ਹੈਗੀਆਂ, ਮੈਂ ਤਾਂ ਪੁੱਤ ਤੈਨੂੰ ਸਮਝਾਉਣੀ ਆ, ਤੈਨੂੰ ਕਿਸੇ ਨੇ ਨਹੀਂ ਦੱਸਣਾ, ਮੈਂ ਦੱਸਦੀ ਆ ਤੈਨੂੰ। ਇਹ ਤਾਂ ਰੱਲੇ ਤੋਂ ਆਪਦੀ ਭਤੀਜੀ ਦਾ ਰਿਸ਼ਤਾ ਲਿਆਉਂਦੀ ਸੀ, ਮੈਂ ਤਾਂ ਲਿਆ ਨਹੀਂ, ਬੰਦਾ ਇਹਦਾ ਮਰ ਗਿਆ, ਜਵਾਕ ਨਹੀਂ ਜੱਲਾ ਨਹੀਂ, ਠੀਕ ਹੈ? ਇਹ ਤਾਂ ਉਹੀ ਤੁਰੀ ਫਿਰਦੀ ਆ ਠੇਬੇ ਖਾਂਦੀ, ਕਿਸਮਤ ਇਹਦੀ ਬਾਹਲੀ ਹੌਲੀ ਹੈ। ਉਵੇਂ ਹੁੰਦਾ ਕਰਮਾਂ ਦੀਆਂ ਗੱਲਾਂ ਹੁੰਦੀਆਂ, ਥੋੜ੍ਹੀ ਹੁੰਦਾ। ਇਹ ਹੁਣ ਕਈ ਦਿਨ ਹੋ ਗਏ ਕੈ ਗੇੜੇ ਮਾਰ ਗਈ, ਜੇ ਉਰੇ ਆਉਣ ਲੱਗ ਗਈ ਨਾ ਆਪਾਂ ਨੂੰ ਵੀ ਖੱਖ ਹੀ ਨੰਗ ਬਣਾ ਦੂਗੀ ਇਹ, ਐਡੀ ਕਿਸਮਤ ਹੌਲੀ ਹੈ ਇਹਦੀ। ਐ ਥੋੜੂ ਹੁਣ ਤਾਂ ਹੋਰ ਕੀ ਕਿਤੇ ਜਾਂਦੀ ਨੀ ਇਹ, ਹੋਰ ਤਾਂ ਕੋਈ ਨੰਗ ਹੋਈ ਨੀ, ਕਿਸੇ ਦੇ ਨੀ ਜਾਂਦੀ। ਮੈਂ ਕੀ ਲੈਣਾ ਕਿਸੇ ਤੋਂ, ਕਿਸੇ ਦੀ ਕਿਸਮਤ ਹੌਲੀ ਹੈ ਚਾਹੇ ਭਾਰੀ ਹੈ, ਠੀਕ ਹੈ? ਅਗਲਾ ਆਪਦੇ ਘਰੇ ਹੈ, ਮੈਥੋਂ ਤਾਂ ਆਪਦੀ ਨੀ ਲੋਟ ਆਉਂਦੇ, ਆਪਦੇ ਘਰੇ ਕਲੇਸ਼ ਵਾਧੂ ਰਹਿੰਦਾ। ਆਪਣੇ ਘਰੇ ਕਾਹਦਾ ਕਲੇਸ਼? ਆਪਦੀ ਨੀ ਕੰਮ ਲੋਟ ਆਉਂਦੇ, ਮੈਂ ਤਾਂ ਕੰਮ ਕਰਦੇ ਮਸ਼ੀਨ ਤੇ ਬਹਿਣੀ ਆ, ਸੂਟ ਦੇਣਾ ਸੀ, ਦਿਮਾਗ ਖਰਾਬ ਕਰਕੇ ਧਰਤਾ। ਨੀ ਆ ਗਲਾਸ ਤਾਂ ਮਾਂਜ ਦਿੰਦੀ ਪਹਿਲਾਂ, ਮੇਰੇ ਤਾਂ ਸਾਰਾ ਦਿਨ ਬੋਝ ਰਹੂਗਾ ਇਸ ਗਲਾਸ ਦਾ। ਬੋਝ ਰਹੂ ਤਾਂ ਮਾਂਜ ਲੈ ਬੇਬੇ, ਮੈਂ ਤਾਂ ਸੂਟ ਦੇਣਾ ਕਿਸੇ ਦਾ, ਸੂਟ ਬਣਾਉਣੀ ਹੈ। ਬਣਾ ਲੈ, ਮੈਨੂੰ ਤਾਂ ਹੁਣ ਮਾਂਜਣਾ ਪਊਗਾ, ਕਿੱਥੇ ਲਿਆ ਕੇ ਗ੍ਰਹਿ ਧਰਿਆ ਉਰੇ। ਐਡੀ ਕੀ ਗੱਲ ਹੈ, ਵਿਹਲੀ ਹੋ ਰਹਿਣੀ ਹੈ ਸਾਰਾ ਦਿਨ, ਮਾਂਜ ਲੈ, ਕਸਰ ਨਹੀਂ ਲੱਗੀ ਹੱਥ ਤੇਰੇ, ਸਾਰਾ ਦਿਨ ਬੇਬੇ ਤਾਂ ਦਿਮਾਗ ਖਰਾਬ ਕਰੀ ਰੱਖਦੀ ਹੈ। ਕੀ ਗੱਲ ਹੋ ਗਈ, ਕੀ ਰੌਲਾ ਹੈ ਮਾਰ ਰੱਖੀ ਬੇਬੇ ਨਾਲ? ਉਹੀ ਪਾਈ ਰੱਖਦੀ ਹੈ ਬੇਬੇ, ਉਹੀ ਦਿਮਾਗ ਖਰਾਬ ਕਰੀ ਰੱਖਦੀ ਹੈ, ਹੋਰ ਕੀ ਹੋਣਾ ਬੇਬੇ ਨੂੰ, ਸਰ ਦਿਨ ਨਹੀਂ ਟਿਕਦੀ। ਚਾਚੀ ਕੀ ਕਰਨਾ ਸੀ? ਚਾਚੀ ਤਾਂ ਬਿੱਲ ਲੈ ਕੇ ਆਈ ਸੀ, ਆਹ ਦੇਖ ਲਓ ਬਿੱਲ ਕਿੰਨਾ ਆ ਗਿਆ, ਬਥੇਰਾ ਆ ਗਿਆ ਬਿੱਲ ਤਾਂ, 6000 ਰੁਪਏ। ਚੱਲ ਕੋਈ ਗੱਲ ਨਹੀਂ, ਫਿਰ ਤਾਂ ਦੋ ਬਿੱਲ ਆਉਣਗੇ, ਬਿੱਲ ਨੇ ਤਾਂ ਆਉਣੀ ਹੈ। ਚੱਲ ਠੀਕ ਆ ਯਾਰ, ਮੈਨੂੰ ਅੱਜ ਫਿਲਮ ਦੇਖ ਲੂੰਗਾ ਬੈਠ ਕੇ, ਮੈਂ ਨਿੰਮਾ ਥੱਲੇ ਜਾਂਦਾ ਬਾਹਰ, ਤੁਸੀਂ ਨਹੀਂ ਦੇਖਣ ਆਉਂਦੀਆਂ। ਤੁਸੀਂ ਤਾਂ ਭੱਗ ਜਾਓਗੇ ਨਿੰਮਾ ਥੱਲੇ, ਬਈ ਅੱਜ ਕੱਲ੍ਹ ਤੇਰੀ ਮਾਂ ਬਾਲਾ ਕੁਛ ਕਰਦੀ ਹੈ ਮੇਰੇ ਨਾਲ, ਸਮਝਾ ਲੈ ਇਹਨੂੰ ਜੇ ਸਮਝਾਈ ਜਾਂਦੀ। ਕੀ ਕਰਦੀ ਆ?
ਕਦੇ ਕਦੇ ਮੈਂ ਦਵਾਈ ਦੁੱਧ ਨਾਲ ਲੈਣੀ ਆ, ਕਦੇ ਕਦੇ ਤੂੰ ਪਾਣੀ ਨਾਲ ਲੈਣੀ ਆ। ਜੇ ਤਾਂ ਪਾਣੀ ਲੈ ਜਾਊ ਤਾਂ ਕਿ ਤੂੰ ਦੁੱਧ ਲਿਆ ਦੇ, ਜੇ ਦੁੱਧ ਲੈ ਜਾਊ ਤਾਂ ਕਿ ਤੂੰ ਪਾਣੀ ਲੈ ਦੇ। ਸਾਰਾ ਦਿਨ ਉਹੀ ਆਨੇ ਬਹਾਨੇ ਤਪਾਈ ਜਾਂਦੀ ਆ, ਇੰਨਾ ਦੁੱਧ ਪੀਂਦੇ, ਕਿਲੋ ਡੇਢ ਕਿਲੋ ਦੁੱਧ ਪੀ ਜਾਂਦੇ, ਇਕੱਲਾ ਪਾਣੀ ਦੇ ਦੇ ਦੁੱਧ ਦੇ ਕਰ, ਖਰਚੇ ਕਰਕੇ ਕਿਵੇਂ ਘਰ ਪੂਰਾ ਹੋਊਗਾ। ਦੁੱਧ 'ਚ ਪਾਣੀ ਪਾ ਦਿਆ ਕਰ, ਉਹ ਕੀ ਕਹਿੰਦੀ ਫੈਟਲ ਮਸ਼ੀਨ ਲਈ ਬੈਠੀ ਆ ਵੀ, ਉਹ ਲਾ ਕੇ ਦੇਖ ਲੂਗੀ। ਫਿਰ ਕਹਿ ਦਿੰਦੀ ਪਤਲਾ ਆ ਜਾਂਦੀ ਆ ਜਵਾਕਾਂ ਕੋਲੇ, ਮੇਰੇ ਤਾਂ ਸਿਉਨੇ ਵਰਗੇ ਜਵਾਕ ਨੇ, ਹਰ ਕੇ ਹੁਣ ਸਵਾਹ ਨਾਲ ਮਾਂਜੇ, ਸਮਾਰ ਕੇ ਸਾਬਣ ਨਾਲ ਮਾਂਜੇ। ਬੇਬੇ ਤੂੰ ਮੇਰੀ ਗੱਲ ਹੁਣ ਲੈ, ਇੱਕ ਉਹਦੇ ਪਹਿਲੀ ਟੂਹੀ ਦੁਖਦੀ ਆ, ਤੂੰ ਕਿਉਂ ਤੰਗ ਕਰਦੀ ਇਹਨਾਂ ਨੂੰ? ਨਾ ਮੈਂ ਤੰਗ ਤਾਂ ਕੀ ਕਰਦੀ, ਮੈਨੂੰ ਵੀਰਪਾਲ ਨੇ ਦੱਸਿਆ ਹੁਣ, ਕਦੇ ਦੁੱਧ ਮੰਗ ਲੂ, ਕਦੇ ਪਾਣੀ ਮੰਗ ਲੂ, ਤੂੰ ਦੋਨੋਂ ਚੀਜ਼ਾਂ ਇਕੱਠੀਆਂ ਮੰਗ ਲਿਆ ਕਰ। ਚੱਲ ਉਹਦੇ ਅੱਗੇ ਟੂਹੀ ਦੁਖਦੀ ਆ ਵਿਚਾਰੀ ਦੀ, ਕੀ ਬਾਇਆ ਤੇਰਾ ਉਹਦੇ ਨਾਲ? ਹਾਂ ਤੂੰ ਤਾਂ ਉਹਦੀ ਟੂਹੀ ਦੁਖਦੀ ਰਹਿੰਦੀ, ਮੈਨੂੰ ਪਤਾ ਹੈ। ਹੋਰ ਹੁਣ ਚੱਲ, ਮੈਂ ਹੁਣ ਤਾਂ ਕਾਹਨੂੰ ਤੰਗ ਕਰਦੀ ਹਾਂ, ਮੈਂ ਆਪ ਚੱਕ ਲਿਆ ਕਰੂੰਗੀ। ਮੇਰੇ ਸਿਉਨੇ ਵਰਗੇ ਜਵਾਕ ਨੇ, ਮੈਂ ਕਿਉਂ ਤੰਗ ਕਰੂੰਗੀ? ਮੇਰਾ ਕਿਹੜਾ ਲੋਕਾਂ ਦੀਆਂ ਬੁੜੀਆਂ ਵਰਗਾ ਸੁਭਾਅ ਹੈ? ਮੈਂ ਤਾਂ ਮਸਾਂ ਦੇਖੇ ਨੇ, ਮੈਂ ਤਾਂ ਇਹਨਾਂ ਨੂੰ ਦੇਖ ਦੇਖ ਜਿਉਂਦੀ ਹਾਂ। ਨਾ ਮੈਂ ਨਹੀਂ ਤੰਗ ਕਰਦੀ ਹੁਣ, ਹੁਣ ਮੈਨੂੰ ਪਤਾ ਲੱਗਾ ਟੂਹੀ ਤਾਂ ਵਿਚਾਰੀ ਦੀ ਦੁਖਦੀ ਹੈ, ਜ਼ਿਆਦਾ ਦੁਖਦੀ ਹੈ ਟੂਹੀ। ਹਾਂ ਚੱਲ, ਵੀਰਪਾਲ ਨੂੰ ਘੁੱਟ ਲੱਸੀ ਦੀ ਪੁੱਛ ਕੇ ਆਉਂਦੀ ਹਾਂ। ਸਿਰ 'ਚ ਸੁੱਟਦੀ ਹਾਂ ਪਾਣੀ, ਠੰਡੀ ਜਿਹੀ ਹੋ ਜੂ, ਸਿਰ ਜਮੀ ਠੰਡਾ ਠੰਡਾ ਹੋ ਜੂਗਾ, ਕੇਸੀ ਨਹਾ ਲੂੰਗੀ। ਓਹੋ ਮੱਚਦਾ ਸਿਰ ਤਾਂ, ਕਿਹੜੇ ਸੈਂਪੂ ਕਿਹੜੀਆਂ ਸਾਬਣਾਂ, ਹੋਰ ਪੜੀਏ। ਲੱਛੀ ਤਾਂ ਗਾਈ ਨਮਾਈ ਜਾਂਦਾ ਹੈ, ਹੈਂ ਸੱਚ ਗਰਮੀ ਵਾਲੀ ਹੈ। ਹੋਰ ਹੋਰ ਗੱਲ ਤੂੰ ਦੁਪਹਿਰੇ ਕਿੱਧਰ? ਵੀਰਪਾਲ ਘਰੇ ਆ, ਤੈਨੂੰ ਉਹ ਵੀ ਦੱਸੂਗੀ, ਮੈਂ ਤਾਂ ਲੱਸੀ ਨੂੰ ਆਈ ਹਾਂ। ਵੀਰਪਾਲ ਘਰੇ ਆ, ਉਹ ਅੰਦਰ ਹੀ ਆ। ਹੋਰ ਜਣ ਸਿਰ ਬਲਾਈ ਮੱਚੀ ਜਾਂਦਾ ਅੱਗ ਮੰਗੂ, ਜੇ ਕਿਹੜੇ ਸੈਂਪੂ ਕਿਹੜੀਆਂ ਸਾਬਣਾਂ, ਉਹ ਪਾ ਲੂੰ ਪਾਈ ਆ ਲੱਸੀ ਸਿਰ 'ਚ। ਕੁੜ ਕੀ ਕਰਦੀ ਹੈ ਵੀਰਪਾਲ? ਹਾਂ ਚਾਚਾ ਜੀ, ਕੱਦੂ ਚੀਰੀ ਜਾਂਦੀ ਸੀ, ਹੁਣ ਤਾਂ ਕੱਦੂ ਚੰਗੇ ਲੱਗਦੇ ਨੇ, ਹੋਰ ਤਲੀ ਸਬਜ਼ੀ ਦਾ ਜਮੀ ਨਹੀਂ ਜੀ ਕਰਦਾ। ਨਾ ਨਾ ਤਲਿਆ ਫਲਿਆ ਨਹੀਂ ਕਿੱਥੇ ਕਰਦਾ ਹੁੰਦਾ ਗਰਮੀ 'ਚ, ਨਾ ਨਾ ਚੱਲਿਆ ਨਹੀਂ ਜਾਂਦਾ। ਅਤੇ ਹੋਰ ਕੀ ਬਣਾਉਣੀ ਹੁੰਦੀ ਆ ਦਿਨੇ ਕੰਮ ਧੰਦਾ? ਕੁਛ ਨਹੀਂ, ਬਸ ਆਹੀ ਘਰ ਦੇ ਕੰਮ ਹੀ ਨਹੀਂ ਲੋੜ ਹੁੰਦੀ, ਗਰਮੀ ਜ਼ਿਆਦਾ, ਗਰਮੀ ਜ਼ਿਆਦਾ ਬਾਈ, ਵਾਹਲੀ ਪੈਣ ਲੱਗ ਗਈ। ਆਹ ਮੀਂਹ ਜਿਹਾ ਪੈ ਕੇ ਕੇਰਾਂ ਗੁੰਮਸ ਜੀ ਘੱਟ ਗਈ, ਹੁਣ ਫਿਰ ਅੱਜ ਜ਼ਿਆਦਾ ਹੋ ਰਹੀ ਹੈ। ਹੋਰ ਤੇ ਮੈਂ ਤਾਂ ਲੱਸੀ ਪੁੱਛਣ ਆਈ ਸੀ, ਮਿਲ ਜੂਗੀ ਪੁੱਤ ਥੋੜ੍ਹੀ ਜਿਹੀ? ਪਈ ਹੈ ਚਾਚੀ, ਲੈ ਗਈ ਲੱਸੀ, ਤਾਂ ਲੱਸੀ ਤਾਂ ਵਾਧੂ ਪਈ ਹੈ। ਚੱਲ ਸ਼ਾਬਾਸ਼ ਨੀ ਧੀਏ, ਮੈਂ ਤਾਂ ਅੱਗੇ ਕਿਹਾ ਮੈਂ ਕਿਹਾ ਉਸੇ ਕੋਲੋਂ ਮਿਲੂ। ਤੂੰ ਕੀ ਕਰਨਾ ਸੀ? ਅਤੇ ਨਹੀਂ ਮੈਂ ਤਾਂ ਕੇਸੀ ਨਹਾਉਣਾ ਨੀ ਧੀਏ, ਮੇਰੇ ਤਾਂ ਤਾਲੂਗਾ ਐਂ ਮੱਚਦਾ, ਛੱਡ ਗੱਲਾਂ ਦੇ ਬਾਹਲੀ ਮੱਚਦਾ। ਨਾ ਕਿਹੜੇ ਸੈਂਪੂ ਤੇ ਕਿਹੜੀਆਂ ਸਾਬਣਾਂ, ਖੁਸ਼ਕ ਕਰੇ ਪੈਣੀ ਸਿਰ, ਹੈ ਨਾ, ਅੱਗੇ ਦੁਨੀਆ ਸਾਰੀ ਲੱਸੀ ਨਾ ਨਹਾਉਂਦੀ। ਅੱਜ ਮੇਰੇ ਬੈਠੀ ਬੈਠੀ ਤਾਂ ਯਾਦ ਆ ਗਿਆ, ਮੈਂ ਕਿਹਾ ਪਹਿਲਾਂ ਮੈਂ ਲੱਸੀ ਰਿਹਾ ਵਾਂ, ਜੇ ਮੇਰਾ ਸਿਰ ਮੱਚਣੋਂ ਹਟ ਜੂ ਵੀਰਪਾਲ ਕੋਲ ਜਾਂਦੀ ਹੈ। ਅਤੇ ਹੋਰ ਪਿੰਡ ਬੰਨੀ ਨਹੀਂ ਗਈ ਪੁੱਤ ਕਦੇ? ਨਾ ਹਜੇ ਗੇੜਾ ਵੱਜਿਆ ਨਹੀਂ। ਕੀ ਕਰੇ ਬਾਈ, ਔਖਾ ਹੋ ਜਾਂਦਾ ਕੰਮ ਧੰਦੇ ਦਾ। ਹਾਂ ਤੇ ਜੇ ਧੀਏ ਆਪਦੇ ਕੋਲ ਗੁੰਜਾਇਸ਼ ਹੋਵੇ ਤਾਂ ਪਾਈਏ ਦੁੱਧ ਜਮਾ ਲਾਂ, ਤੈਨੂੰ ਪਤਾ ਹੀ ਹੈ ਮੇਰੀ ਤਕਵੀਲਦਾਰੀ ਦਾ ਤੇ ਮੇਰੇ ਸਰਕਰ ਦਾ। ਹੈਂ ਚੱਲ ਚਾਚੀ, ਲੱਸੀ ਤਾਂ ਉਰੋ ਲੈ ਜਾ ਕਰੂੰ, ਵੀ ਮਾੜੇ ਮੰਗ ਤੈਨੂੰ ਪਾਉਣੀ ਹੈ। ਹੈ ਕੁੜਤੀ ਏ ਭਲੇ ਲੱਸੀ ਨੂੰ ਆਈ, ਤੂੰ ਤਾਂ ਮਾੜੇ ਮੰਗ ਤਾਂ ਨਹੀਂ ਨਾ ਰਿਹਾ ਤਾਂ ਮੈਨੂੰ? ਨਾ ਨਾ ਚਾਚੀ, ਤੂੰ ਤਾਂ ਉਹੀ ਗੁੱਸਾ ਕਰ ਗਈ ਵੀ ਉਹ ਵੀ ਤਾਂ ਆਪਾਂ ਡੋਲਦੇ ਜਾਂ ਦਾਣੇ 'ਚ ਪਾਉਣੇ ਜਾਂ ਮਾੜੇ ਮੰਗ ਤੈਨੂੰ ਪਾ ਦਿੰਦੇ ਹਾਂ, ਐਂ ਗੱਲ ਕਰਦੀ ਹਾਂ। ਨਾ ਕੁੜੇ, ਮੈਂ ਤਾਂ ਜਾਣੀ ਰੜਕੀ ਜੀ ਪਈ। ਨਹੀਂ ਨਹੀਂ, ਤੂੰ ਤਾਂ ਉਹੀ ਪੁੱਠੀ ਲੈ ਗਈ ਪੁੱਤੂ। ਆਏ ਹੈ ਵੀ ਕਿਸਮਤ ਕਰਾਉਂਦੀ ਹੈ ਕਿਸੇ ਦੇ ਸਾਰੇ ਦੀ ਗੱਲ ਨਹੀਂ, ਬਾਹਲੀ ਸਿਆਣੀ ਕਿ ਅੰਗਣ ਵਿਆਹ ਤਲੂ ਜੇ ਰੱਬ ਦੇਵੇ ਤਾਂ ਹੀ। ਹਾਂ ਅਤੇ ਮੇਰੇ ਕਿਹੜਾ ਉਹੀ ਗੱਲ ਜੀ ਨਹੀਂ ਕਰਦਾ ਬਰਾਬਰ ਸਰੀਕੇ ਦੇ ਵਸਣ ਨੂੰ ਵੀ ਮੇਰੇ ਲਾਦ ਹੋਵੇ। ਪਹਿਲਾਂ ਤਾਂ ਮੈਂ ਆਪਦੀ ਲਾਦ ਪਿੱਛੇ ਤੁਰੀ ਫਿਰੀ, ਖੂਹ ਅਸੀਂ ਡੁੱਬ ਵੀ ਪੈਂਦੀ ਵੀ ਐਂ ਲੱਗਾ ਇੱਥੋਂ ਵੀ ਮੇਰੀ ਭਲਾ ਹੋਊਗਾ, ਇੱਥੋਂ ਵੀ ਮੇਰਾ ਭਲਾ ਹੋਊ, ਭਲਾ ਕਰਿਆ ਨਹੀਂ ਪਰਮਾਤਮਾ ਦੀ ਮਰਜ਼ੀ ਹੈ। ਫਿਰ ਉਦੋਂ ਬਾਅਦ ਧੀਏ ਕੀ ਪੁੱਛਦੀ ਹੈ, ਤੇਰਾ ਚਾਚਾ ਬਿਮਾਰ ਹੋ ਗਿਆ, ਸਾਰੀ ਰਿਣੀ ਚਿਣੀ ਉਹ 'ਤੇ ਲੱਗ ਗਈ, ਨਿਆਤ ਹੋ ਗਈ ਮਕਾ ਕਰ।
ਅਗਲਾ ਕਹਿੰਦਾ ਫਿਰਦੀ ਦਰ ਦਰ ਦੇ ਕੁੱਤੇ ਪਕਾਉਂਦੀ, ਮੈਂ ਤਾਂ ਇਹ ਕਰਦੀ ਮਾਰੀ ਆ ਤੇਰੇ ਕੋਲ ਤਾਂ ਆ ਜਾਂ, ਕੋਈ ਮਾੜਾ ਮੋਟਾ ਆਉਂਦੀ ਜਾਂਦੀ ਕੋਈ ਚੀਜ਼ ਦੇਣ ਲੈਣ ਜਾਂ ਕੋਈ ਆ ਬਿੱਲ ਉਹਦਿਆ ਬਿੱਲ ਭਾਈ ਉਹਦੇ ਅੱਜ ਮੇਰਾ ਜੀ ਕਰੇ, ਮੈਂ ਕਿਹਾ ਬਈ ਵੀਰਪਾਲ ਤੋਂ ਲੱਸੀ ਲਿਆਵਾਂ, ਪਰ ਮੇਰਾ ਨਹੀਂ ਜੀ ਕਰਦਾ ਕਿਸੇ ਦੇ ਜਾਣ ਨੂੰ, ਮੈਂ ਤੰਦਰੀ ਆਪਦੇ ਬੈਠੀ ਆ ਭਾਈ ਧੀਏ ਨੂਣ ਭੁੱਕ ਕੇ ਖਾ ਲੈਂਦੀ ਹਾਂ, ਨਾ ਪੱਕੂ ਰੋਟੀ ਮੈਂ ਤਾਂ ਭੁੱਖੀ ਪਾ ਜਾਂਦੀ ਹਾਂ, ਮੈਂ ਤਾਂ ਕਿਸੇ ਦੇ ਜਾਣ ਦੀ ਝਾਕ ਵੀ ਨਹੀਂ ਕਰਦੀ, ਵੀ ਅਗਲਾ ਕਦੋਂ ਕੜਮੀ ਮੱਥੇ ਲੱਗਦੀ ਹੈ, ਕਿਉਂ ਦੁਨੀਆ ਦੜਕੀ ਹੋਈ, ਕੁਛ ਮਰਜ਼ੀ ਸੁਣ ਲਾ ਦੁਨੀਆ ਤੋਂ ਹੈ ਨਾ, ਹਕਾਰੀ ਦੁਨੀਆ ਭਾਈ ਦੜਕੀ, ਉਹੀ ਗੱਲ ਜਿਵੇਂ ਸਿਆਣੇ ਕਹਿੰਦੇ ਉੱਚਾ ਬੋਲਾ ਬੋਲੀਏ ਕਰਤਾਰੋਂ ਡਰ ਗਿਆ, ਐਂ ਤਾਂ ਕੋਈ ਡਰਦਾ ਨਹੀਂ, ਬਸ ਇੱਕ ਡਰਦਾ ਨਹੀਂ ਵਾਹਿਗੁਰੂ ਤੋਂ, ਚਲੋ ਧੀ ਅਜਿਹਾ ਜਿਹਾ ਟਾਈਮ ਹੈ ਨੰਗੀ ਜਾਂਦਾ ਹੋਰ, ਹਾਂ ਅਤੇ ਪਾਈਆ ਮੈਂ ਦੁੱਧ ਲੈ ਲੈਂਦੀ ਹਾਂ, ਪਾਈਏ ਦੁੱਧ ਦੇ ਨਾਲ ਭਾਣੇ ਦੋ ਵਾਰੀ ਚਾਹ ਬਣ ਜਾਂਦੀ ਮੇਰੀ, ਬਸ ਉਹੀ ਗੱਲ ਅੱਧਾ ਗਲਾਸ ਤੜਕੇ ਅੱਧਾ ਹੱਥ ਨੇ, ਇੰਨੀ ਕਿਹੜੇ ਚਾਹ ਵੀ ਨਹੀਂ ਪੀਤੀ ਜਾਂਦੀ, ਹਾਂ ਗਰਮੀ ਹੈ ਨਾ, ਗਰਮੀ ਕਦੇ ਕਦੇ ਤਾਂ ਮੈਂ ਦਿਨੇ ਕਰ ਦੂ ਹੀ ਨਹੀਂ, ਕੱਚੀ ਜਿਹੀ ਲੱਸੀ ਕਰਕੇ ਪੀ, ਹਾਂ ਲੱਸੀ ਕਰ ਲੈਂਦੀ ਹਾਂ ਫਿਰ ਉਹ ਬਚਦੇ ਦੁੱਧ ਦੀ, ਦਿਨੇ ਜਿਹੜਾ ਮੈਂ ਨਾ ਉਹ ਕਰਾਂ ਚਾਹ, ਜੇ ਮੈਂ ਕਰ ਲਾਂ ਤਾਂ ਚੱਲ ਕਰ ਹੀ ਲਵਾਂ, ਜੇ ਮੇਰੇ ਕੋਲ ਸਿਰ ਜਾ ਦੁਖਦਾ ਹੋਵੇ ਜਾਂ ਮੈਨੂੰ ਐਂ ਲੱਗੂ ਘੁੱਟ ਚਾਹ ਦੀ ਘੁੱਟ ਕਰਕੇ ਪੀ ਲੈ, ਇਕੱਲੇ ਬੰਦੇ ਨੂੰ ਆਹਰ ਜਾ ਵੀ ਨਹੀਂ ਆਉਂਦਾ, ਹੋਰ ਧੀਏ ਬਸ ਪੁੱਛਣਾ, ਚਾਹ ਰੱਬ ਧੀ ਦੇ ਦਿੰਦਾ ਮੇਰੇ ਧਿਰ ਬਣ ਜਾਂਦੀ ਹੋਰ, ਹਾਂ ਧੀ ਦੇ ਲਵੇ ਜਾ ਕੇ ਲੱਗਦੀ, ਹੁਣ ਇਹ ਟਾਈਮ ਅਜੇ ਐਂ ਆਉਣਾ ਹੈ ਕਿੱਥੇ ਰੁਲ ਕੇ ਮਰਨਾ, ਇਹ ਕੀ ਪਤਾ, ਇਹ ਤਾਂ ਕੀ ਪਤਾ, ਕਿਸਮਤ 'ਚ ਕੀ ਲਿਖੇ ਕੋਈ ਪਤਾ ਨਹੀਂ ਕੁਦਰਤ ਵਾਲੇ ਤੋਂ, ਅਜੇ ਇਹ ਕਹਿੰਦੀ ਆ ਵੀ ਸੱਚਾ ਪਾਤਸ਼ਾਹ ਮੈਨੂੰ ਮੂੰਹ ਮੰਗੀ ਮੌਤ ਦੇ ਦੀ, ਪਟੱਕ ਦੇ ਕੇ ਲੈ ਜੀ, ਪਤਾ ਨਹੀਂ ਭੈਣੇ ਉਹੀ ਗੱਲ ਵੀ ਮੈਨੂੰ ਤਾਂ ਅੰਦਰੇ ਪਈ ਨੂੰ ਕਿਸੇ ਨੇ ਵੀ ਨਹੀਂ ਦੇਖਣਾ ਮਰ ਗਈ ਹੋਰ, ਹਾਂ ਬਾਏ ਤਾਂ ਲੋਕ ਇੰਨਾ ਸੌਣ ਵਿਚਾਰਦੇ ਐਂ ਕਰਕੇ ਮੇਰੇ ਘਰ ਬੰਨੇ ਐਂ ਲੰਘਣਗੇ ਬਸ ਐਂ, ਵੀ ਕਿਤੇ ਚਾਚੇ ਬੁੱਚੇ ਹੁੰਦੀਆਂ ਨੇ ਕੀ ਦਿੱਤੀ ਨਾ ਧਰਦੇ, ਬਸ ਆਏ ਸਰੋੜ 'ਤੇ ਨਾ ਆਏ ਐਂ ਕਰ ਲੈਂਦੀਆਂ ਨੇ ਮੂੰਹ ਨੂੰ ਪੱਲੇ ਨੂੰ, ਤੀਵੀਆਂ ਜਿਹੜੀਆਂ ਪੱਲੇ ਦੇਖ ਦੇਖ ਕੇ ਮੈਨੂੰ ਕਰਦੀਆਂ, ਉਹਨਾਂ ਦੇ ਮੱਥੇ 'ਤੇ ਕਿਹੜਾ ਚੰਦ ਲਿਖਿਆ ਧੀਏ, ਹੈਂ ਬਸ ਆਈ ਹੈ, ਹਾਂ ਵਾਹਿਗੁਰੂ ਦੇ ਹੇਠ ਨਹੀਂ ਵੱਸਦੀਆਂ, ਚਰਾਬੀ ਹੈ ਜੀ ਸਭ ਰਾਬੀ ਹੈ, ਲੈ ਪਾ ਕੇ ਲਿਆ ਮੈਂ ਲੱਸੀ, ਹਾਂ ਲਿਆ ਦੇ ਧੀਏ ਜਾਣਾ ਹੋਊ, ਢੱਕਣ ਤਾਂ ਲਾ ਦੇ, ਕੋਈ ਕੋਈ ਹੂੰ ਤਾਂ ਹੋਰ ਤਾਂ ਬੇਬੇ ਨੂੰ ਸੋਹਣੀ ਹੈਗੀ, ਇਹਦੇ ਵਾਲੀ ਗੱਲ ਮੈਨੂੰ ਲੱਗਦਾ ਜ਼ਰੂਰ ਸੱਚੀ ਕਹਿੰਦੀ ਹੈ, ਲਹਿਰੇ ਕੋਲ ਦੁੱਖ ਰੋਣ ਲੱਗ ਜੂ, ਮੈਨੂੰ ਵੀ ਹਾਂ 'ਚ ਹਾਂ ਮਿਲਾਉਣੀ ਪੈਂਦੀ ਹੈ, ਸਹੀ ਗੱਲ ਹੈ ਬੇਬੇ ਦੀ, ਹੈ ਹੀ ਕੜਮੀ ਹੈ, ਰੋ ਵੀ ਜਾਊਗੀ ਤੂੰ ਰੋਨੀ ਕਿਉਂ ਕਿਸੇ ਦੇ ਘਰਿਆ ਕੇ, ਲੈ ਚਾਚੀ ਫੜ ਦੱਸੇ, ਲਿਆ ਪੁੱਤ ਚੱਲ ਪੁੱਤ ਸਿਰ 'ਚ ਪਾ ਲੂੰਗੀ ਠੰਡਾ ਜਿਹਾ ਹੋ ਜੂ, ਹੋਏ ਹਾਏ ਹੋਰ ਸੀ ਸਿਰ ਤਾਂ ਤਾਲੂਗਾ, ਚਾਹ ਬਾ ਛੇ ਨਹੀਂ ਧੀਏ ਪੁੰਨੇ, ਹਾਂ ਨਹੀਂ ਮੈਂ ਵੀ ਜਾਨੀ ਹੈ ਧਰ ਲੈ ਦਾਲ ਪਾਣੀ, ਜਵਾਕਾਂ ਦਾ ਪਰਛਾਵਾਂ ਉਧਰ ਚੱਲ, ਉਧਰ ਲਿਆ ਭੈਣੇ ਕੋਈ ਨੀ, ਹੈ ਤੈਨੂੰ ਜਮੀ ਨੀ ਆਉਂਦੀ ਹੈਗੀ, ਉੱਚਾ ਬੋਲਾਂ ਬੋਲੀਏ ਕਰਤਾਰ ਆਰਡਰ ਗਏ, ਕੋਈ ਨੀ ਭੈਣੇ ਕੁਦਰਤ ਗੇੜੀ ਨਹੀਂ ਖਾਂਦੀ, ਲੈ ਰੋਜ਼ ਆ ਵੜਦੀ ਹੈ ਕਿੱਦੇ ਕਿਤੇ, ਰੋਜ਼ ਆਈ ਉਹਦੇ ਬਿਲ ਫੜਾਉਣ ਆ ਗਈ, ਅੱਜ ਲੱਸੀ ਨੂੰ ਆ ਗਈ, ਕੋਈ ਨੀ ਭੈਣੇ ਕੋਈ ਨੀ, ਤੈਨੂੰ ਤਾਂ ਨਹੀਂ ਕੋਈ ਜਵਾਕ ਜਲਾ ਸਾਂਭਣ ਵਾਲਾ, ਤੈਨੂੰ ਸ਼ਰਮ ਨਹੀਂ ਆਉਂਦੀ, ਮੈਨੂੰ ਤਾਂ ਇਹੀ ਸਾਂਭਣਗੇ, ਗੱਲ ਸੁਣ ਆ ਵੜਦੀ ਹੈ ਉਰੇ, ਤੇਰੇ ਤਾਂ ਹੋ ਗਿਆ ਤੂੰ ਰੱਬ ਨੂੰ ਉਹਦੇ ਮਿਲ ਕੇ ਆਈ ਹੈ, ਜਿੱਦੇ ਮੈਂ ਮਿਲਣ ਗਈ ਉਦੋਂ ਰੱਬ ਬਾਹਰ ਗਿਆ ਹੋਇਆ ਸੀ, ਤਾਂ ਹੀ ਮੇਰੇ ਪੁੱਤ ਧੀ ਨਹੀਂ ਹੋਇਆ, ਤਾਂ ਹੀ ਭੈਣੇ ਮੇਰੇ ਮਨੁੱਖ ਵਾਲਾ ਮਰਿਆ, ਮਨੁੱਖ ਮਰਿਆ ਠੀਕ ਹੈ, ਮੇਰੇ ਘਰ ਵਾਲਾ ਤਾਂ ਹੀ ਮਰਿਆ, ਤੂੰ ਸੁਹਾਗਣਾ ਭਾਗਣਾ ਸਾਰੇ ਸਗਨ ਵਿਚਾਰ ਲੈ ਭੈਣੇ, ਬਸ ਤੂੰ ਮੇਰੀ ਗੱਲ ਸੁਣ, ਜਦੋਂ ਮੈਂ ਵਗ ਜਾਂਦੀ ਹਾਂ ਮੈਂ ਘਰੇ ਨਹੀਂ ਹੁੰਦੀ, ਪਤਾ ਨਹੀਂ ਤੈਨੂੰ ਕੀ ਮੁਸਕ ਆ ਜਾਂਦੀ ਹੈ, ਠਾ ਜਵਾਕਾਂ ਕੋਲ ਆ ਵੜਦੀ ਹਾਂ ਉਹਦੀ, ਤੈਨੂੰ ਐਂ ਨਹੀਂ ਆਉਂਦੀ ਹੋਰ ਵਗ ਜਾ ਕਰ ਕਿਸੇ ਦੇ, ਤੈਂ ਤਾਂ ਕੌਲੇ ਹੀ ਕੱਛਣੇ ਨੇ,
ਹੋਰ ਕੱਛ ਲਿਆ ਕਰ। ਤੂੰ ਆਪਦਾ ਤਾਂ ਸਾਰਾ ਕੁਛ ਭੈਣੇ ਲਵੇਟਤਾ, ਆਪਾਂ ਇਕੱਠੀਆਂ ਹੀ ਆਈਆਂ ਤੀਆਂ। ਦੇਖ ਲਿਆ ਕਰ ਤੂੰ ਮੇਰੇ ਜਵਾਕਾਂ ਨੂੰ ਵਸ ਲੈਣ ਦੇ, ਹਾੜੇ ਤੂੰ ਵਸ ਲੈਣ ਦੇ। ਤੈਂ ਤਾਂ ਕੌਲੇ ਕੱਛਣੇ ਨੇ, ਹੋਰ ਗਾਹਾਂ ਲੰਘ ਜਾ ਕਰ। ਮੇਰੇ ਤਾਂ ਧੰਦੇ ਨੇ ਕਰਨ ਵਾਲੇ, ਧੰਦੇ ਚੂੰਡ ਚੂੰਡ ਖਾਂਦੇ ਨੇ। ਤੈਂ ਕੀ ਕਰਨਾ, ਤੈਂ ਤਾਂ ਕੌਲੀ ਚੱਕ ਕੇ ਦਾਲ ਨੂੰ ਵਗ ਜਾਏਗੀ, ਡੋਲੂ ਚੱਕ ਕੇ ਲੱਸੀ ਨੂੰ ਆ ਜਾਏਗੀ। ਤੂੰ ਰਹਿਣ ਦਿਆ ਕਰ, ਰਹਿਣ ਦਿਆ ਕਰ, ਗਾਹਾਂ ਵਗ ਜਾ ਕਰ। ਕਿੱਦੇ ਤੇਰੇ ਦਾਲ ਨੂੰ ਆਈਆਂ, ਨਾ ਤੂੰ ਦਾਲ ਦੇਣ ਵਾਲੀ ਬਹੁਤ ਭਲੀ ਹੈ। ਇੱਧਰ ਗੱਲ ਸੁਣ ਲੈ ਮੇਰੀ, ਮੈਂ ਤਾਂ ਨਾ ਰੋਟੀ ਪਕਾ ਕੇ ਨੂਣ ਭੁੱਖ ਲੈਂਦੀ ਨੇ, ਉਹ ਵੀ ਵਾਹਿਗੁਰੂ ਦਾ ਨਾਂ ਲੈ ਕੇ ਛੱਕਦੀ ਹੈ, ਵੀ ਪਰਮਾਤਮਾ ਰੁੱਖੀ ਕਿੱਲੀ ਦੇ ਜਾਈ। ਆਪਾਂ ਬਾਹਰ ਅੰਦਰ ਇਕੱਠੀਆਂ ਹੁੰਦੇ ਹਾਂ ਨਾ, ਤੂੰ ਚੱਕਵੇਂ ਪੈਰ ਹੋ ਜਾਂਦੇ ਵੀ ਤੇਰੇ ਨਾਲ ਰਲੂ। ਮੈਂ ਪਹਿਲੀ ਪਿੱਛੇ ਪੈਰ ਦਾ ਬੋਲਣੀ ਹਾਂ, ਮੈਂ ਕਹਿੰਦੀ ਹਾਂ ਮੇਰੇ ਨਾਲ ਰਲੂਗੀ, ਠੀਕ ਹੈ। ਸਾਡੇ ਆਇਆ ਨਾ ਕਰ, ਆਇਆ ਨਾ ਕਰ, ਮੈਂ ਤੈਨੂੰ ਬਹੁਤ ਵਾਰੀ ਕਹਿ ਲਿਆ। ਪਰਛਾਵਾਂ ਪੈਂਦਾ ਮੇਰਾ, ਪਰਛਾਵੇਂ ਤੋਂ ਵੀ ਭੜਿਆ ਤੇਰਾ ਤਾਂ। ਚਲੋ ਚੰਗਾ ਪਾਣੀ, ਵਾਹਿਗੁਰੂ ਤੈਨੂੰ ਮੈਂ ਬਹੁਤ ਵਾਰੀ ਕਹਿੰਦੀ ਹਾਂ, ਵਾਹਿਗੁਰੂ ਦੇ ਰੰਗ ਤਾਂ ਹੈਗੇ ਨੇ, ਤਾਂ ਹੀ ਤਾਂ ਵਾਹਿਗੁਰੂ ਨੇ ਰੰਗ ਲਾਏ ਨੇ, ਜੇ ਵਾਹਿਗੁਰੂ ਦੇ ਰੰਗ ਨੇ। ਕੋਈ ਨਹੀਂ, ਤੂੰ ਵਾਹਿਗੁਰੂ ਹੇਠਾਂ ਵਸੀ ਨੀ, ਚੱਲ ਤੂੰ ਵਸਣ ਜਾਣਦੀ ਹੈ ਭੈਣੇ ਛਾ ਬਚ। ਹਾਏ ਹਾਏ ਕਿਹੋ ਜਿਹਾ ਦਿਮਾਗ ਵਰਤਿਆ ਉਹਨੇ, ਕਹਿੰਦੀ ਮੇਰੇ ਰੰਗ ਲੱਗੇ ਹੋਏ ਨੇ। ਵੀ ਇਹ ਤਾਂ ਜਦੋਂ ਵਾਹਿਗੁਰੂ ਨੇ ਇਹ ਨਹੀਂ ਪਤਾ ਕਦੋਂ ਫਿੱਕਾ ਰੰਗ ਰੰਗਣਾ ਹੈ, ਕਦੋਂ ਫਿੱਕਾ ਕਰ ਦੇਣਾ ਹੈ, ਫਿਰ ਪਛਤਾਊਗੀ। ਕੀ ਪਲਾ ਲੱਸੀ ਦਾ ਤੂੰ ਡੁੱਲ ਲਿਆ ਸਹੁਰੀਏ, ਨਾ ਤਾਂ ਸੁਣੋ ਕਿਸੇ ਦੇ ਕੰਮ ਆ ਗਈ ਕਿ ਕਿਸੇ ਦੇ ਮੂੰਹ 'ਚ ਪੈ ਗਈ। ਹੈ ਕਿਉਂ ਚਾਚੀ, ਲੈ ਲੱਸੀ ਕਰਾਂ, ਡੋਲੂ ਖਾਲੀ ਲੱਗਦਾ ਹੁਣ ਤਾਂ। ਬੇਬੂ ਤਾਂ ਤੈਨੂੰ ਕੀ ਦੱਸਾਂ, ਤੇਰੀ ਮਾਂ ਤਾਂ ਕਹਿੰਦੀ ਸਾਡੇ ਘਰ ਹੀ ਨਾ ਆਈ, ਤੈਨੂੰ ਮੈਂ ਮੱਥੇ ਲਾ ਕੇ ਨਹੀਂ ਰਾਜੀ। ਕਿਉਂ, ਕੀ ਗੱਲ ਹੋ ਗਈ ਏਡੀ? ਕੀ ਪਤਾ ਭਾਈ, ਲੱਸੀ ਪਾਈ ਨਹੀਂ? ਪਾਈ ਸੀ, ਵੀਰਪਾਲ ਨੇ ਤਾਂ ਪਾਤੀ ਲੱਸੀ ਫੜ ਕੇ ਡੋਲੂ 'ਚ ਲਾ ਕੇ ਮਾਰੇ। ਅੱਛਾ, ਪਤਾ ਨਹੀਂ ਵੀ ਤੁਹਾਡੀ, ਤੁਸੀਂ ਆਏ ਤੁਸੀਂ ਜਾਣੋ। ਕੀ ਪਤਾ ਭਾਈ, ਉਹੀ ਜਾਣੂ ਤਾਂ ਜਾਂ ਜਾਣੂ ਪਰਮਾਤਮਾ, ਤੁਹਾਡਾ ਕੋਈ ਭੇਦ ਨਹੀਂ, ਪਤਾ ਕੁਛ ਨਹੀਂ ਕਹਿ ਸਕਦੇ। ਚੱਲ ਭਾਈ, ਵਾਹਿਗੁਰੂ ਆਪਣੇ ਮਾਲਕ ਹੈ ਤਾਂ ਵਾਹਿਗੁਰੂ। ਹਾਂ, ਗਰੀਬ ਦਾ ਅਤੇ ਨਰਮ ਦਾ ਤਾਂ ਰੱਬ ਹੀ ਹੈ, ਆ ਕੇ ਜਿਹੜਾ ਬੰਦੇ ਦਾ ਬੰਦਾ ਨਹੀਂ ਉਹਦਾ ਰੱਬ ਹੈ। ਹੁਣ ਰੱਬ 'ਤੇ ਭਰੋਸਾ, ਰੱਬ ਹੀ ਹੈ ਭਾਈ ਸਾਡਾ ਤਾਂ ਭਰੋਸਾ, ਇੱਥੇ ਸਾਰਾ ਉਹ ਰੱਬ 'ਤੇ ਹੁੰਦਾ ਗਾ। ਕੀ ਕਰੀ ਜਾਂਦੀ ਵੀਰਪਾਲ? ਭਾਂਡੇ ਮਾਂਜਦੀ ਸੀ ਬੇਬੇ। ਉਰੇ ਆ ਮੇਰੇ ਕੋਲੇ। ਕੀ ਕਹਿਣੀ ਆ? ਕਹਿ ਨਹੀਂ ਕੀ ਆ, ਤੈਨੂੰ ਦੱਸਦੀ ਆ। ਨਾ ਤਾਂ ਬੇਬੇ ਤਾਂ ਆਪ ਕੰਮ ਕਰਨਾ, ਨਾ ਕਿਸੇ ਨੂੰ ਕਰਨ ਦੇਣਾ। ਮੇਰੀ ਗੱਲ ਸੁਣ, ਮੈਂ ਹੁਣ ਤੱਕ ਕੰਮ ਹੀ ਕਰੇ ਨੇ, ਹੁਣ ਹੀ ਲੱਗੀ ਤੂੰ ਕਰਨ। ਫਿਰ ਮੈਂ ਤਾਂ ਕਰੀ ਜਾਂਦੀ, ਫਿਰ ਮੈਨੂੰ ਕਰਨ ਤਾਂ ਦੇ ਦੇ ਜੇ ਹੁਣ ਹੀ ਲੱਗ। ਮੇਰੀ ਗੱਲ ਸੁਣ, ਕੰਮ ਕਰਨ ਦਿੰਦੀ ਆ। ਮੈਂ ਤੈਨੂੰ ਉਹਦੇ ਸਮਝਾਇਆ ਸੀ ਵੀ ਉਹਨੂੰ ਵੜਨ ਨਾ ਦਿਆ ਕਰ, ਉਹ ਬੈਠੀ ਕਿੱਥੇ ਸੀ? ਕਿਉਂ, ਮੈਂ ਘਰੇ ਸੱਜਣ ਗਈ ਸੀ, ਇੱਥੇ ਬੈਠੀ ਸੀ ਜਿੱਥੇ ਤੂੰ ਬੈਠੀ। ਇੱਥੇ ਬੈਠੀ ਸੀ? ਹਾਂ। ਉਰੇ ਕਿਉਂ ਤੇਰੇ ਨਾਲ ਲੱਗ ਗਈ ਦੱਸੋ? ਮੈਨੂੰ ਤਾਂ ਨਹਾਉਣਾ ਪਊਗਾ। ਉਹ ਚ ਕੀ ਪਾਉ ਪਈ ਆ, ਤੂੰ ਵੀ ਹਟਦੀ ਨਹੀਂ ਬੇਬੇ, ਨਹਾਉਣ ਨੂੰ ਦੱਸ ਕੀ ਹੋਇਆ? ਦੱਸ ਕਿੱਥੇ ਬੈਠੀ ਸੀ, ਦੇਖ ਲੈ ਆ ਕੇ। ਤੂੰ ਮਾੜਾ ਮੋਟਾ ਸੋਚ ਲਿਆ ਕਰ ਬਾਈ, ਤੂੰ ਇਹਨੂੰ ਨਾ ਵਾੜਿਆ ਕਰ ਘਰੇ। ਮੈਨੂੰ ਘਰੇ ਸੱਦਣ ਗਈ ਹੈ ਵੀ ਆ ਜਾ ਸਾਡੇ ਘਰੇ, ਲੱਸੀ ਲਿਆ, ਲੱਸੀ ਪਈ ਹੈ। ਤੂੰ ਆਉਂਦੀ ਨੂੰ ਪਾਉਂਦੀ ਨਾ ਬਾਬਾ, ਮੈਂ ਇੱਥੋਂ ਨਹੀਂ ਜਵਾਬ ਦਿੱਤਾ ਗਿਆ ਪਈ ਸੀ, ਮੈਂ ਗਲਾਸ ਲੱਸੀ ਦਾ ਪਾਤਾ। ਫਿਰ ਇਹ ਇੱਥੋਂ ਉੱਠ ਕੇ ਕਿੱਧਰ ਗਈ? ਉੱਧਰ ਵੱਲ ਕਿਧਰੇ ਨਹੀਂ ਗਈ, ਮੈਂ ਉਰੀ ਬੈਠੀ ਦਾਲ ਚਿਰੀ ਜਾਂਦੀ ਸੀ ਕੱਦੂ, ਫਿਰ ਮੈਂ ਭਾਂਡੇ ਲੱਗ ਗਈ ਮਾਂਜਣ, ਭਾਂਡੇ ਪਏ ਸੀ, ਕੱਦੂ ਬੈਠੀ ਨਹੀਂ ਫੜ ਲਏ। ਕੱਦੂਆਂ ਦੇ ਹੱਥੋਂ ਕੱਦੂ ਚੀਰ ਕੇ ਗਈ ਹੈ? ਕੱਦੂ ਚੀਰ ਕੇ ਗਈ ਹੈ? ਲਿਆ ਫੜਾ ਕਿੱਥੇ? ਕੱਦੂ ਕਿਹ ਚੀਰੂ, ਕੱਦੂ ਮੈਂ ਚੀਰਿਆ। ਅੱਛਾ, ਤਾਂ ਬਈ ਤੂੰ ਹਟਦੀ ਨਹੀਂ, ਵਿੱਚ ਵੜ ਗਈ ਉਹ ਕੱਦੂਆਂ ਨੇ। ਲੈ ਉਰੇ ਬੈਠੀ ਸੀ ਹੈ? ਹਾਂ, ਉਹ ਬੈਠੀ ਸੀ। ਨਾ ਆਇਆ ਨਾ ਕੀ ਆਉਂਗੀ ਉਹਦੇ ਵਾਲੀ, ਨਾ ਕੀ ਆਉਂਗੀ। ਤੈਨੂੰ ਮੈਂ 20 ਵਾਰੀ ਸਮਝਾਇਆ ਭਾਈ, ਇਹਨੂੰ ਘਰੇ ਨਾ ਵੜਨ ਦਿਆ ਕਰੋ। ਬੇਬੇ ਤੂੰ ਕਹਿ ਦੇ, ਮੈਂ ਇੱਥੋਂ ਤਾਂ ਕਹਿ ਨਹੀਂ ਆਉਂਦਾ। ਤੂੰ ਕਹਿ ਦੇ ਆ ਜਾਂਦੀ ਲੱਸੀ ਦੇ ਘੁੱਟ ਲੈ ਜਾਂਦੀ, ਉਹ ਕਿਹੜਾ ਬਹਿੰਦੀ ਹੈ,
ਅੱਜ ਹੀ ਬੈਠੀ ਸੀ ਬਸ 2-4 ਮਿੰਟ, ਉਹਦੀ ਮੈਂ ਕੱਦੂ ਚੀਰ ਕੇ ਲੱਸੀ ਪਾ ਕੇ ਦੇਤੀ ਉਹ। ਨਾਲੇ ਕਹਿੰਦੀ ਉਰੇ ਬੈਠੀ ਸੀ। ਹਾਂ ਫਿਰ ਬੈਠੀ ਸੀ ਉਰੇ, ਪੈਰ ਪੈਰ ਕਰਕੇ ਬੈਠੀ ਸੀ ਮਾਰ ਕੇ। ਹੋਰ ਉਹਦੇ ਕੋਟ ਚੱਲਿਆ ਹੋਇਆ, ਤਾਂ ਹੀ ਤਾਂ ਮੱਖੀਆਂ ਪੈਂਦੀਆਂ ਨੇ। ਫਿਰ ਮੈਂ ਤੈਨੂੰ ਐਂ ਕਹਿੰਦੀ ਵੀ ਕਿਤੇ ਅੰਦਰ ਅੰਦਰ ਤੂੰ ਗਈ ਹੋਵੇ, ਉਰੇ ਕੋਈ ਸਿੱਟ ਗਈ ਹੋਵੇ। ਹਾਏ ਬੇਬੇ ਕਿਧਰੇ ਨਹੀਂ ਗਈ, ਉਰੀ ਬੈਠੀ ਸੀ, ਹਟਦੀ ਨਹੀਂ। ਹਾਂ ਹਾਂ ਜੇ ਲੱਗਦੀ ਬੋਲਦੀ, ਮੈਨੂੰ ਤਾਂ ਐਂ ਲੱਗਦਾ ਵੀ ਕੁਛ ਕਰ ਗਈ ਉਹ ਤਾਂ। ਕੀ ਪਾ ਗਈ, ਕੀ ਕਰ ਗਈ? ਖਾਲੀ ਹੱਥ ਆਈ ਸੀ ਇੱਥੇ, ਡੋਲੂ ਧਰ ਕੇ ਉਰੀ ਬਹਿ ਗਈ। ਕੋਲੇ ਜਦੋਂ ਡੋਲੂ ਉਹਦੇ ਕੋਲੇ ਸੀ। ਕੁਛ ਨੀ, ਕੰਨ ਕਰਾਉਣ ਵਾਲੇ ਆਏ ਤਾਂ ਕੰਨ ਕਰਾਉਣ ਵਾਲਾ ਦੁਨੀਆਂ ਆਥਣ ਨੂੰ ਵਿਹਲੀ ਕਰਦੇ, ਆਥਣ ਨੂੰ ਮਾਰਦੇ ਨੇ ਲੋਕਾਂ ਨੂੰ। ਤੂੰ ਸਮਝਦੀ ਕਿਉਂ ਨੀ ਹੈਗੀ? ਲੋਕ ਆਪਦੇ ਘਰ ਦੇ ਭਲੇ ਨਾ ਕਰ ਲੈਣ, ਸਿਆਣਿਆਂ ਕੋਲ ਕੁਛ ਹੋਵੇ। ਮੈਨੂੰ ਨੀ ਚੰਗੀਆਂ ਲੱਗਦੀਆਂ ਬੇਬੇ ਤੇਰੀਆਂ ਗੱਲਾਂ ਨੀ। ਜਦੋਂ ਮੈਂ ਘਰੇ ਨੀ ਹੁੰਦਾ ਤੂੰ ਬਾਹਰ ਡਾਲਿਆ ਕਰ, ਐਂ ਕਿਵੇਂ ਆਜੂਗੀ? ਮੇਰੇ ਹੁੰਦੇ ਨੀ ਆਉਂਦੀ? ਬਾਹਰ ਤਾਂ ਲੱਗਿਆ ਸੀ, ਟਾਕੀ ਖੁੱਲੀ ਸੀ। ਬੇ ਇੱਧਰ ਨਾ ਬੈਠ, ਇੱਧਰ ਨਾ ਬੈਠ, ਇੱਧਰ ਆ, ਉਹ ਕੁਰਸੀ ਲੈ ਲੈ, ਉਰੇ ਉਹ ਆਈ ਸੀ ਕੜਮੀ, ਇੱਧਰ ਬੈਠ। ਮੇਰਾ ਸਿਉਨੇ ਵਰਗਾ ਪੁੱਤ ਤੂੰ ਉੱਥੇ ਬੈਠੀ ਜਾਂਦਾ, ਤੈਨੂੰ ਦੀਦਾ ਨੀ? ਉਹਦਾ ਗੱਲ ਠੀਕ ਹੈ, ਤੂੰ ਕਿਉਂ ਤੰਗ ਕਰੀ ਜਾਂਦੀ ਆ? ਤੰਗ ਵਾਲੀ ਕਿਹੜੀ ਗੱਲ ਹੈ, ਮੈਂ ਸਮਝਾਉ ਨੀ ਆਈ, ਸਮਝਦੀ ਵੀ ਨਹੀਂ ਹੈਗੀ। ਕੀ ਹੋ ਗਿਆ? ਤੇਰੀ ਚਾਚੀ ਆਈ ਦੀ। ਫਿਰ ਮੇਰੀ ਗੱਲ ਸੁਣ ਲੈ। ਹਾਂ ਦੱਸ। ਜਦੋਂ ਮੈਂ ਹੁੰਦੀ ਆ ਉਦੋਂ ਜਮਾ ਨਹੀਂ ਆਉਂਦੀ, ਠੀਕ ਆ, ਲੈ ਕੇ ਡੋਲੂ ਲੱਸੀ ਲੈਣ ਆ ਗਈ। ਤੈਨੂੰ ਬੇਬੇ ਗੱਲ ਸੁਣ ਲੈ ਮੇਰੀ ਇੱਕ, ਚਾਚੀ ਨਾਲ ਵਰਤ ਨਾ ਵਰਤ, ਕਿਸੇ ਨਾਲ ਮਰਜ਼ੀ ਵਰਤ ਲਾ, ਸਾਨੂੰ ਕੋਈ ਡੱਕਾ ਨਹੀਂ। ਚਾਚੀ ਜੋ ਇਸੇ ਕੁੱਟ ਮਾਰ, ਪਰ ਵੀਰਪਾਲ ਨੂੰ ਕੁਛ ਕਹੀ ਨਾ ਤੂੰ। ਜੇ ਰੋਟੀ ਖਾਣੀ ਹੈ ਮੰਜੇ ਦੇ ਬੈਠ ਕੇ ਚੁੱਪ ਕਰਕੇ ਰੋਟੀ ਖਾ ਲਾ, ਤੈਨੂੰ ਮੈਂ ਦੱਸਾਂ ਗੱਲ। ਬੇ ਮੈਂ ਸਾਰਾ ਕੁਛ ਕਰਿਆ ਤੁਹਾਡੇ ਵਾਸਤੇ, ਅਸੀਂ ਕਦੋਂ ਕਿਹੜਾ ਨਹੀਂ ਕਰਿਆ? ਫਿਰ ਤੁਸੀਂ ਐਂ ਕਿਵੇਂ ਕਹਿੰਦੇ ਹੋ ਕਿ ਰੋਟੀ ਖਾਣੀ ਹੈ ਜਾਂ ਨਾ ਖਾਣੀ ਹੈ? ਇਹ ਤਾਂ ਲੋੜੇ ਦੀ ਗੱਲ ਹੋ ਗਈ ਹੈ। ਬੇ ਫਾਲਤੂ ਦੀਆਂ ਗੱਲਾਂ ਨਹੀਂ ਕਰਕੇ ਦਿਮਾਗ ਨਹੀਂ ਖਰਾਬ ਕਰਦੇ ਹੁੰਦੇ, ਉਹ ਆਪਦੇ ਘਰੇ ਖੁਸ਼ ਆਪਾਂ ਆਪਣੇ ਘਰੇ ਖੁਸ਼। ਆਪਾਂ ਕੀ ਲੈਣਾ ਕਿਸੇ ਤੋਂ? ਜਦੋਂ ਉਹ ਆਉਂਦੀ ਹੈ ਮੈਨੂੰ ਪੱਕਾ ਪਤਾ ਹੈ ਉਹ ਕੁਛ ਨਾ ਕੁਛ ਕਰਕੇ ਜਾਂਦੀ ਹੈ। ਫਿਰ ਜੇ ਤੈਨੂੰ ਇੰਨਾ ਪਤਾ ਹੈਗਾ ਤੂੰ ਘਰੋਂ ਕਿਉਂ ਜਾਂਦੀ ਆ? ਘਰੇ ਬੈਠ ਤੂੰ। ਬੇ ਮੈਂ ਘਰੇ ਹੀ ਰਹਿੰਦੀ ਹਾਂ, ਮੈਂ ਗੁਰਦੁਆਰੇ ਗਈ ਸੀ, ਜਦੋਂ ਮੈਂ ਗੁਰਦੁਆਰੇ ਗਈ ਆਉਂਦੀ ਨੂੰ ਲੱਸੀ ਲੈਣ ਬੈਠੀ ਉਰੇ। ਅੱਛਾ, ਇੰਨੇ ਟਾਈਮ 'ਚ ਕਰਦਾ ਹੁਣ ਤੁਸੀਂ? ਲੈ ਉਹਨੂੰ ਟਾਈਮ ਲੱਗਦਾ ਆਉਂਦੀ ਹੋਈ ਉਹ ਆਈ ਹੈ। ਗੁਰੂ ਘਰ ਤੂੰ ਸਵੇਰੇ ਜਾਇਆ ਕਰ, ਕੋਈ ਦੁਪਹਿਰੇ ਟਾਈਮ ਹੁੰਦਾ ਗਾ। ਦੁਪਹਿਰੇ ਕਦੋਂ ਗਈਆਂ ਬੇ ਪੁੱਤ? ਹੁਣ ਤਾਂ ਗਈ ਤੀ ਤੜਕੀ, ਸੁਨੇਹੀ ਗਈਆਂ, ਕੋਈ ਦੁਪਹਿਰੇ ਗਈਆਂ ਮੈਂ। ਡੋਲੂ ਵੀ ਮਾਰਿਆ ਵਗਾ ਕੇ, ਫੇਰ ਨੀ ਹਟਦੀ। ਮੈਂ ਤੈਨੂੰ ਐ ਪੁੱਛਦੀ ਆ, ਤੂੰ ਉੱਥੇ ਤੇਰੇ ਕੋਲ ਖੜੀ ਸੀ? ਖੜੀ ਸੀ ਆਹੋ। ਕੁਛ ਖਾਧਾ ਤਾਂ ਨੀ ਉਹ ਤੋਂ ਉੱਥੋਂ ਲੈ ਕੇ? ਮੈਂ ਕੀ ਖਾਣਾ ਸੀ ਬੇਬੇ? ਆਪ ਨਾਲ ਹੱਥ ਉਹ ਪਿਆ ਮੰਜਾ ਉੱਥੇ ਬਹਿ ਜਾ ਬਾਹਰ ਜਾ ਕੇ। ਦਿਮਾਗ ਖਰਾਬ ਆ ਇਸ ਬੁੜੀ ਦਾ, ਨਾਲ ਦੂਜੇ ਦਾ ਕਰਦੀ ਹੈ। ਲਾ ਫੜੋ ਪਾਣੀ। ਮੇਰੀ ਗੱਲ ਸੁਣ ਲਓ, ਜੇ ਤਾਂ ਬੇਬੇ ਦਾ ਹੁੰਦਾ ਕੁਛ ਕਰ ਲਓ ਨਹੀਂ ਬਈ, ਮੈਥੋਂ ਤਾਂ ਕੱਟਿਆ ਨਹੀਂ ਜਾਂਦਾ ਇਹਦੇ ਨਾਲ, ਬੜਾ ਦਿਮਾਗ ਖਰਾਬ ਕਰਦੀ ਹੈ। ਉਹ ਲੋਕ ਕੀ ਕਹਿਣਗੇ ਵੀ ਕਿੰਨਾ ਕੁ ਲੰਮ ਚੜਾ ਸੀ ਇਹਨਾਂ ਦੇ? ਲੰਮ ਚੜਾਉਂਦਾ ਨਹੀਂ ਮੈਨੂੰ ਪਤਾ, ਨਾ ਕੰਮ ਕਰਦੀ ਹੈ ਨਾ ਕਿਸੇ ਨੂੰ ਕਰਨ ਦੀ, ਅਤੇ ਹੋਰ ਹੀ ਟੈਨਸ਼ਨਾਂ ਜਿਹੀਆਂ ਪਾਈ ਜਾਓ, ਮੇਰੇ ਤਾਂ ਟੈਨਸ਼ਨ ਚੜ ਜਾਂਦੀ ਦਿਮਾਗ ਨੂੰ। ਬੋਲੋ ਕੋਈ ਤਾਂ ਤੁਸੀਂ ਬਹਿ ਜਾ ਉੱਥੇ ਬਾਹਰ ਵੀ, ਉੱਥੇ ਮੰਜਾ ਡਾ ਕੇ ਬਹਿ ਜਾ। ਕਾਹਨੂੰ ਬਹਿੰਦੀ ਉਹ? ਫਿਰ ਨਹੀਂ ਹਟਦੀ, ਫਿਰ ਆਹੀ ਕੁਛ ਕਰੂਗੀ। ਦੱਸ ਕੀ ਕਰੀਏ ਫਿਰ ਹੁਣ? ਵੀ ਰੱਬ ਦਾ ਨਾਂ ਲੈ ਲਾ, ਵਹਿਗਰੂ ਵਹਿਗਰੂ ਜਪਲਾ ਜਿੰਨਾ ਚਿਰ ਉਹਦੀ ਮੈਲ ਧੋਣੀ ਹੈ, ਗੱਲ ਆ ਕੋਈ ਇਹ? ਉਹੀ ਤਾਂ ਗੱਲ, ਜਮੀ ਝੜੀ ਲਾਤੀ ਤੀ, ਕਈ ਦਿਨ ਹੋ ਗਏ, ਨਿੱਕੀ 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 ਕਣੀ ਜੀ ਪੈਂਦੀ ਵੀ ਰਹਿੰਦੀ ਸਾਰਾ ਦਿਨ। ਆਹ ਤਾਂ ਵਧੀਆ ਹੋ ਗਿਆ, ਰੱਬ ਨੇ ਹੁਣ ਸੁੱਕ ਪੱਕਾ ਕਰਤਾ ਜਮਾ। ਅੱਜ ਨਿਕਲੀ ਆ ਧੁੱਪ ਕਰੜੀ, ਪੂਰੀ ਵਧੀਆ ਧੁੱਪ ਨਿਕਲਿਆ ਜੀ।
ਪਸ਼ੂਆਂ ਦਾ ਤਾਂ ਕੋਈ ਹਾਲ ਹੀ ਨਹੀਂ ਰਹਿੰਦਾ ਚੜ੍ਹ 'ਚ। ਉਹ ਬੈਠੀ ਆ, ਇਹਨੇ ਕਿਹੜਾ ਕੋਈ ਗੱਲ ਮੰਨਣੀ ਹੈ ਕਿਸੇ ਦੀ। ਕਿੱਧਰੋਂ ਆ ਗਈ ਹੁਣ ਤੂੰ? ਤੈਨੂੰ ਮੈਂ ਉੱਧਰ ਕਹਿਤੀ ਨਾ ਆਈ। ਸਤਿ ਸ੍ਰੀ ਅਕਾਲ ਮਾੜਾ ਜਿਹਾ ਉੱਧਰ ਹੀ ਬਹਿ ਜਾ ਪੈਂਦਾ। ਕਹਿੰਦੀ ਕਿਵੇਂ ਆਈਆਂ ਭੈਣੇ? ਰਿਸ਼ਤੇਦਾਰ ਦਾ ਮਾਮਲਾ ਸਾਂਝਾ, ਫਿਰ ਮੂੰਹ ਸਜਾਵੇਗੀ ਵੀ ਮੈਨੂੰ ਦੱਸਿਆ ਨਹੀਂ ਮੇਰਾ ਹੱਕ ਬਣਦਾ। ਜਦੋਂ ਮੇਰੇ ਘਰੇ ਉਹਨਾਂ ਦਾ ਫੋਨ ਆ ਗਿਆ। ਮਾੜਾ ਜਿਹਾ ਪਰਾਂ ਨੂੰ ਬਹਿ ਜਾ। ਲੈ ਭੈਣੇ, ਆਏ ਕਿਹੜੇ ਮੇਰੇ ਪਾਂ ਪਈ ਹੈ। ਮੇਰੀ ਗੱਲ ਸੁਣ। ਹਾਂ ਵੀ ਤਾਂ ਮੈਨੂੰ ਕਿਹਾ ਸੀ ਵੀ ਆਈ ਨਾ, ਮੇਰੇ ਤਾਂ ਉਹਨੂੰ ਜੀ ਨਹੀਂ ਸੀ ਕਰਦਾ। ਜੇ ਤੂੰ ਸੱਚੀ ਪੁੱਛੇ, ਮੈਂ ਤਾਂ ਭੈਣੇ ਸਾਂਝੀ ਸਕੀਰੀ ਅਗਲਾ ਆਖੂ ਵੀ ਤੇਰੇ ਮੈਨੂੰ ਦੇਖੇ ਸੀ ਫੋਨ ਕਰੇ, ਤੂੰ ਉੱਧਰੋਂ ਸੁਨੇਹਾ ਲਾਇਆ ਨਹੀਂ। ਠੀਕ ਹੈ, ਮੇਰਾ ਹੱਕ ਬਣਦਾ, ਸੁਨੇਹਾ ਤਾਂ ਜ਼ਰੂਰੀ ਹੱਕ ਬਣਦਾ। ਆਪਣੀ ਤਾਂ ਨਣਦ ਢਿੱਲੀ ਹੈ ਭੈਣੇ, ਜਖੇਪਣ ਵਾਲੀ। ਮੈਂ ਤਾਂ ਨਹੀਂ ਜਾਂਦੀ। ਕਿਉਂ ਨਹੀਂ ਜਾਂਦੀ ਕੁੜੇ? ਸਹੁਰੇ ਦੀ ਜਾਈ ਨਣਦ ਹੈ। ਨਾ ਨਾ ਨਾ, ਤੂੰ ਹੀ ਆ, ਖੜੀ ਹੋ ਜਾ। ਤੂੰ ਮੈਂ ਤਾਂ ਵਗ ਜੂੰ, ਫਿਰ ਆਏ ਨਾ ਨਾ ਕਹੀ ਵੀ ਮੈਨੂੰ ਕਹਿਣ ਗਈ। ਮੇਰਾ ਤਾਂ ਫਰਜ਼ ਬਣਦਾ ਸੀ ਸੁਨੇਹਾ ਤੈਨੂੰ। ਨਾ ਨਾ ਨਾ, ਸਾਡੀ ਤਾਂ ਹੈ ਨਹੀਂ ਕਿਸੇ ਨਾਲ ਸਖੀਰੀ। ਕੁੜੇ ਕਿਸੇ ਨਾਲ ਰੱਖ ਵੀ ਲਓ। ਨਾ ਨਾ, ਲੋੜ ਨਹੀਂ, ਰੱਜਿਆ ਸੀ ਤਾਂ। ਚਾਚੀ ਨੂੰ ਕਹਿੰਦੀ ਜਿਹੜਾ ਕੁਛ ਕਹਿਣਾ ਸੀ, ਫਿਰ ਕੀ ਹੋ ਗਿਆ? ਮੈਂ ਦੱਸ, ਤੂੰ ਭੈਣੇ ਐ ਕਰਿਆ ਕਰ, ਤੈਨੂੰ ਮੈਂ ਦੱਸ ਦਿਆਂ ਕਰ, ਸਾਡੇ ਜਵਾਕ ਨੀ ਚਾਹੁੰਦੇ ਤੈਨੂੰ। ਅੱਛਾ, ਤੇਰੇ ਵਿੱਚ ਦੀ ਨਾ ਹੁਣੇ ਮੇਰੇ ਕੱਪੜੇ ਪਕਾ ਕੇ ਮਾਰ ਗਈ ਵੀ ਇਹ ਕਾਹਤੋਂ ਬਿਠਾਈ ਹੈ ਉਰੇ। ਅੱਛਾ, ਹੋਰ ਤੂੰ ਤਾਂ ਵਗ ਜਾ ਭੈਣੇ। ਮੈਂ ਤਾਂ ਜਾਣੀ ਆ, ਮੈਨੂੰ ਤਾਂ ਜਾਣਾ ਲੱਗੂ ਆ। ਤੂੰ ਭੈਣੇ ਪਲਾਸਤਰੀਆਂ ਜਾਂ ਨਾ ਮਾਰ, ਹਾਹਾਕਾਰ ਦਾ ਪਤਾ ਵੀ ਜਿੰਨੀ ਕੁ ਚੱਲਦੀ ਹੈ ਮੈਨੂੰ ਪਤਾ ਹੈ, ਹੁਣ ਤੂੰ ਆ ਪਲਾਸਤਰੀਆਂ ਜਾਂ ਨਾ ਮਾਰ। ਨਹੀਂ ਭੈਣੇ, ਇਹੋ ਜਿਹੀ ਗੱਲ ਨਹੀਂ ਹੈਗੀ ਸਾਡੇ ਘਰੇ ਕੋਈ। ਉਹ ਹੈ ਨਹੀਂ, ਹਾਂ ਵੀ ਨਹੀਂ ਹੈਗੀ। ਐਂ ਤਾਂ ਲਾਤੀ ਕੱਚੋਂ ਨੂੰਹ ਨੇ, ਨਣਦ ਸਹੁਰੇ ਦੀ ਜਾਈ ਹੈ ਉੱਥੇ, ਕਹਿੰਦੀ ਮੈਂ ਜਾਂਦੀ ਨਹੀਂ। ਰੋਜ਼ ਆ ਵੜਦੀ ਹੈ। ਲੈ ਧੋਤੇ ਸਵਾਰੇ ਕੱਪੜੇ ਨੇ ਵੀ ਚੰਦਰ ਜੇ, ਤੂੰ ਮੈਨੂੰ ਕਹਿ ਦੇ ਉਹਦੇ ਹੁੰਦੇ ਕੀ ਤਾਂ ਜ਼ਰੂਰੀ ਕਹਿਣਾ। ਲੈ ਦੇਖ ਲੈ, ਓਹੋ, ਕਿਸੇ ਨੂੰ ਥੋੜ੍ਹੀ ਆਪਾਂ ਨੇ ਗੱਲ ਦੱਸਣੀ ਹੈ ਵੀ ਆਹ ਗੱਲ ਹੈ ਘਰੇ। ਚੱਲ ਲੱਛੀ ਆਉਂਦਾ, ਮੈਂ ਉਹਦੇ ਨਾਲ ਕਰਦੀ ਹਾਂ ਗੱਲ। ਬੇਬੂ ਤੁਰੇ ਆ ਮੇਰੇ ਕੋਲ। ਹਾਂ ਬੇਬੇ, ਕੀ ਹੋ ਗਿਆ ਹੁਣ? ਮੇਰੀ ਗੱਲ ਸੁਣ। ਹਾਂ ਬਹਿ ਜਾ ਉਰੇ, ਤੇਰੀ ਚਾਚੀ ਆ ਗਈ ਉੱਧਰੋਂ। ਕਿਹੜੀ? ਕੜਮੀ। ਅੱਛਾ ਦੱਸ ਫਿਰ ਕਹਾ। ਆਹ ਕੱਪੜੇ ਨਾ ਵੀਰਪਾਲ ਨੇ ਮੇਰੇ ਐਂ ਵਗਾ ਕੇ ਮਾਰੇ ਉਰੇ ਆ ਕੇ ਉਹਦੇ ਬੈਠੀ ਤੋਂ। ਮੈਂ ਤਾਂ ਤੁਹਾਡਾ ਇੰਨਾ ਗੱਲ ਵਧਾਉਂਦੀ ਹਾਂ ਬਾਹਰ ਜਾ ਕੇ ਵੀ ਮੇਰੇ ਨਾਲ ਐਂ ਕਰਦੇ ਨੇ, ਮੇਰੇ ਜਵਾਕ ਐਂ ਰੱਖਦੇ ਨੇ, ਮੈਨੂੰ ਐਂ ਰੱਖਦੇ ਨੇ, ਐਂ ਥੋੜ੍ਹੀ ਬੇਇੱਜ਼ਤੀ ਕਰਦੇ। ਸਾਡੇ ਮਹਿੰਗੇ ਕੱਪੜੇ ਨੇ, ਤੂੰ ਉਹਨਾਂ ਦੇ ਵਿੱਚ ਕਿਉਂ ਸੁੱਟਦੀ ਹੈ ਇਹ ਆਪਦੇ? ਬੇਬੇ ਸ਼ਾਬਾਸ਼, ਤੇਰੇ ਹੁਣ ਆਹ ਕੰਮ ਫੜ ਲਾ, ਤੂੰ ਲੜਾ ਦੇ ਸਾਨੂੰ ਵੜਵਾ ਕੇ ਮਾਰ ਦੇ, ਹੁਣ ਆਹ ਕੰਮ ਫੜ ਲਾ। ਜਾਂ ਤੇਰਾ ਕੱਪੜਾ ਲੀੜੇ ਧੋ ਦਿੰਦੇ, ਰੋਟੀ ਟੁੱਕਦੇ ਨੂੰ ਸਭ ਕੁਛ ਮੰਜੇ 'ਤੇ ਮਿਲਦਾ। ਤੂੰ ਪਤਾ ਕੱਪੜੇ ਚੱਕ ਕੇ ਸਾਡੇ ਕੱਪੜਿਆਂ ਦੇ ਵਿੱਚ ਫੇਰ ਰੱਖੇ ਹੋਣੀ ਆ, ਫੇਰ ਉੱਧਰ ਰੱਖਣੇ, ਮੈਂ ਫੇਰ ਉੱਤੇ ਰੱਖਣੀ ਆ, ਹੁਣ ਤੂੰ ਸਾਡੇ 'ਚ ਲੜਾਈ ਪਵਾਉਣਾ ਚਾਹੁੰਦੀ ਆ? ਕੋਈ ਨਹੀਂ ਕੋਈ ਨਹੀਂ ਪੁੱਤ, ਮੈਂ ਤਾਂ ਤੁਹਾਨੂੰ ਕੁਛ ਨਹੀਂ ਕਰਦੀ, ਮੈਂ ਤਾਂ ਬਾਹਰ ਸਲਾਹ ਨਹੀਂ ਰੱਜਦੀ ਤੁਹਾਨੂੰ, ਮੈਂ ਨਹੀਂ ਤੁਹਾਨੂੰ ਕੁਛ ਕਹਿੰਦੀ। ਕੋਈ ਹੋਰ ਬਿਮਾਰੀ ਲੱਗ ਜੂਗੀ, ਐਂ ਨਾ ਭੜਕਿਆ ਕਰ। ਬਿਮਾਰੀ ਕੀ ਲੱਗ ਜੂਗੀ ਬੇਬੇ, ਤੂੰ ਪਹਿਲੀ ਸੋਚ ਕੇ ਚੱਲਿਆ ਕਰ ਵੀ ਮੈਂ ਆਹ ਕੰਮ ਕਰਨਾ ਕਿ ਨਹੀਂ ਕਰਨਾ, ਹੁਣ ਕਿਹੜਾ ਤੈਨੂੰ ਮੇਰਾ ਫਿਕਰ ਹੈ? ਕੋਈ ਨਹੀਂ ਕੋਈ ਨਹੀਂ, ਚਲ ਤਾਂ ਹੀ ਕਰੀ ਜਾਊ, ਆ ਜਾਓ, ਇਹਦਾ ਹੀ ਨਹੀਂ ਪਤਾ ਕੀ ਕੱਢ ਮਾਰੇ ਹੋਰ। ਸਰ ਦਿਨ ਫੋਨ ਤੋਂ ਵਿਹਲ ਨਹੀਂ ਮਿਲਦੀ, ਮੇਰੀ ਵੀ ਗੱਲ ਸੁਣ ਲਿਆ ਕਰੋ। ਹਾਂ ਦੱਸੋ। ਮੇਰੀ ਗੱਲ ਸੁਣ ਲਓ, ਸਾਰਾ ਕੰਮ ਹੁਣ ਮੈਂ ਕਰਦੀ ਹਾਂ, ਬੇਬੇ ਤੋਂ ਪੂਰਾ ਕੰਮ ਨਹੀਂ ਹੁੰਦਾ। ਠੀਕ ਹੈ, ਮੈਂ ਇੱਥੋਂ ਨਹੀਂ ਬਈ, ਇਹਦੀ ਫ੍ਰੀ 'ਚ ਸੇਵਾ ਹੁੰਦੀ, ਇਹ ਕੁੱਤੇ ਦੀਆਂ ਡਿਮਾਂਡਾਂ ਨਹੀਂ ਲੋਟ ਆਉਂਦੀਆਂ, ਤੰਗ ਬਹੁਤ ਕਰਦੀ ਹੈ, ਮੈਂ ਕੀ ਕਰਾਂ ਇਹਨੂੰ? ਅੱਛਾ, ਕੰਮ ਜਮੀ ਨਹੀਂ ਕਰਦੀ ਹੁਣ? ਹੁਣ ਨਹੀਂ ਬੇਬੇ ਜਮੀ ਕੰਮ ਕਰਦੀ, ਹੁਣ ਬੇਬੇ ਤੋਂ ਕਿੱਥੇ ਹੁੰਦਾ? ਅੱਛਾ ਯਾਰ, ਬੇਬੇ ਜਮੀ ਨਹੀਂ ਕੰਮ ਕਰਦੀ? ਨਾ ਨਾ, ਹੁਣ ਤਾਂ ਬੇਬੇ ਪੂਰਾ ਨਹੀਂ ਕੰਮ ਕਰਦੀ, ਤੇ ਹੁਣ ਤਾਂ ਔਖੀ ਆ ਕੇ ਦਵਾਈ ਚੱਲਦੀ ਯਾਰ।
ਔਖਾ ਤਾਂ ਹੈਗਾ ਹੁਣ ਇੰਨਾ ਕੰਮ ਕੰਮ ਕਰਾਂ ਕਿਹਦੇ ਉਹ ਕਰਾਂ ਪੂਰੀਆਂ ਉਹਦੀ ਆਵਾਜ਼ ਮਾਰ ਦਿੰਦੀ ਹੈ ਬੈਠੀ ਉਹਦੀ ਹੁਕਮ ਲਾ ਦਿੰਦੀ ਹੈ ਔਖੇ ਹੈ ਕੰਮ ਵੀ ਇੰਨਾ ਹੋਣਾ ਔਖਾ ਤਾਂ ਹੈਗਾ ਫਿਰ ਹੁਣ ਹੋਰ ਕੀ ਕਰੀਏ ਹਾਲੇ ਯਾਰ ਕਰ ਕੁਛ ਦੇ ਸੋਚੋ ਕੀ ਕਰਨਾ ਮੈਂ ਕੀ ਦੱਸਾਂ ਦੇਖਦੇ ਆ ਫਿਰ ਕੋਈ ਗੱਲ ਨਹੀਂ ਫਿਰ ਅੱਜ ਤਾਂ ਔਖੇ ਹੀ ਤੇਰਾ ਵੀ ਇਕੱਲੀ ਦਾ ਇਕੱਲੀ ਕਿੰਨਾ ਕੰਮ ਕਰੀ ਜਾਏਗੀ ਇੱਕ ਗਰਮੀ ਇੰਨੀ ਪੈਂਦੀ ਹੈ ਗਰਮੀ ਬੜੀ ਜ਼ਿਆਦਾ ਹੈ ਹੋਰ ਚੱਪਲਾਂ ਤੇ ਇੱਕ ਥਾਂ ਲਾ ਦਿਆ ਕਰ ਬੇਬੇ ਰੱਖ ਦਿਆ ਕਰ ਕੋੜੇ ਬਸ ਸੂਰੇ ਪਈਆਂ ਦੀਆਂ ਵਿਚਾਲੇ ਸੜ ਜਾਂਦੀ ਆ ਲਾ ਕੇ ਹਾਏ ਦਵਾਈ ਮੁੱਕਦੀ ਸਾਰੀ ਉਹ ਮਤਲਬ ਜ਼ਿਆਦਾ ਨਹੀਂ ਰਿਹਾ ਮੇਰੇ ਤਾਂ ਕੰਨ ਕੁੜੇ ਵੀਰ ਪਾਲ ਕੀ ਹੋ ਗਿਆ ਬੇਬੇ ਕੁੜੇ ਮੇਰੇ ਤਾਂ ਸਾਰ ਗਿਆ ਦਵਾਈ ਮੁੱਕ ਗਈ ਮੈਂ ਤਾਂ ਦੇਖੀ ਏ ਨਹੀਂ ਫਿਰ ਮੁੱਕ ਗਈ ਫਿਰ ਐਡੀ ਕੀ ਗੱਲ ਆ ਦਵਾਈ ਦੀ ਗੱਲ ਹੈ ਦਵਾਈ ਦਾ ਤਾਂ ਨਾਗਾ ਜਮੇ ਨਹੀਂ ਪਾਉਣਾ ਆ ਨਾਗੇ ਨੂੰ ਪਾਉਣ ਨਾਲ ਦੱਸ ਤੂੰ ਕਿਧਰੇ ਨਹੀਂ ਮਰਦੀ ਮਰਨ ਵਾਲੀ ਗੱਲ ਨਹੀਂ ਹੈਗੀ ਦਵਾਈ ਮੈਂ ਤਾਂ ਛੱਡਣੀ ਨਹੀਂ ਹੈਗੀ ਛੱਡਣ ਨੂੰ ਹੁਣ ਤੂੰ ਮਲਟਾਂ ਹੈਗੀ ਨਾ ਦਵਾਈ ਨਾਲ ਠੀਕ ਹੋ ਕੇ ਲੈ ਦੱਸ ਮੈਂ ਤਾਂ ਵੀਰੇ ਗੋਡਿਆਂ ਦੀ ਦਵਾਈ ਜ਼ਰੂਰੀ ਲੈਣੀ ਹੈ ਲੱਛੀ ਨੂੰ ਕਹਿ ਮੇਰੀ ਦਵਾਈ ਲਿਆ ਕੇ ਦੇਵੇ ਲੱਛੀ ਕਿੱਥੋਂ ਲਿਆ ਦੂ ਬੇਬੇ ਦਵਾਈ ਇਕੱਲਾ ਜਾਣਾ ਕਿੱਧਰ ਕਿੱਧਰ ਹੋਵੇ ਸਾਰਾ ਤੈਨੂੰ ਖੇਤ ਰਹਿੰਦਾ ਘਰੇ ਫਿਰ ਮਾਲ ਪਸ਼ੂ ਦਾ ਹੋ ਜਾਂਦਾ ਉਹ ਕਿੱਥੇ ਗਰਮੀ ਤੱਕ ਪਟਿਆਲੇ ਘੁੰਮੇ ਉੱਤੋਂ ਤੇਰੀ ਦਵਾਈ ਇੰਨੀ ਮਹਿੰਗੀ ਹੈ ਫਿਰ ਦਵਾਈ ਤਾਂ ਲਿਆਉਣੀ ਪਊਗੀ ਦਵਾਈ ਚਾਹੇ ਮਹਿੰਗੀ ਹੈ ਚਾਹੇ ਸਸਤੀ ਕਿਧਰੇ ਨਹੀਂ ਕੁਛ ਹੁੰਦਾ ਜੇ ਵਿੱਚ ਦਵਾਈ ਛੱਡ ਦੇਗੀ ਫਿਰ ਕਿਹੜਾ ਤੂੰ ਡੂਡਾ ਕੰਮ ਕਰਨ ਲੱਗ ਜਾਏਗੀ ਵੀ ਤੇਰੇ ਗੋਡੇ ਚੱਲ ਪੈਣਗੇ ਹੁਣ ਤੇ ਕੰਮ ਹੀ ਕਰਦੀ ਰਹੀ ਆ ਮੈਂ ਕੀ ਹੋ ਗਿਆ ਜੇ ਹੁਣ ਨਹੀਂ ਬਣਦਾ ਗੋਡਿਆਂ ਕਰਕੇ ਫਿਰ ਕੋਈ ਨਾ ਫਿਰ ਹੁਣ ਦਬ ਵੀ ਜਾ ਟਿਕ ਜਾ ਤੂੰ ਦਵਾਈਆਂ ਤੇ ਪੈਸੇ ਲਵਾਈ ਜਾਂਦੀ ਆ ਸਾਰਾ ਘਰ ਡਾਕਟਰਾਂ ਨੂੰ ਢਵਾਈ ਜਾਂਦੀ ਆ ਦਵਾਈ ਬਿਨਾਂ ਤਾਂ ਵੀਰਾ ਮੈਨੂੰ ਸਰਦਾ ਨਹੀਂ ਕੋਈ ਨਾ ਸਾਰ ਲਾ ਉਹ ਕਿੱਥੋਂ ਵਗ ਜੇ ਵਿਚਾਰਾ ਇਕੱਲਾ ਜਾਣਾ ਇਕੱਲੇ ਜਾਣੇ ਨੂੰ ਕੁਛ ਨਹੀਂ ਹੁੰਦਾ ਲੋਕਾਂ ਦੇ ਇਕੱਲੇ ਇਕੱਲੇ ਨੇ ਲੱਛੀ ਨੂੰ ਕਹਿ ਮੇਰੀ ਦਵਾਈ ਲਿਆ ਕੇ ਦੇਵੇ ਉਹ ਨਹੀਂ ਜਾਂਦਾ ਬੇਬੇ ਟਿਕ ਕੇ ਬਹਿ ਜਾ ਕਿਉਂ ਨਹੀਂ ਜਾਂਦਾ ਦਵਾਈ ਬਿਨਾਂ ਤਾਂ ਮੈਨੂੰ ਸਰਦਾ ਨਹੀਂ ਦਵਾਈ ਤਾਂ ਲਿਆਉਣੀ ਆ ਹੁਣ ਤੱਕ ਮੈਂ ਤੁਹਾਡਾ ਹੀ ਕਰਿਆ ਸਾਰਾ ਹੋਰ ਕੀ ਗਵਾਂਢੀਆਂ ਦਾ ਕੰਮ ਕਰਕੇ ਆਉਂਦੀ ਸੀ ਮੈਂ ਹੁਣ ਤੁਸੀਂ ਪਾਲੇ ਹੋ ਪੜੋਸੇ ਹੋ ਵਿਆਹ ਕਰਿਆ ਤੁਹਾਡਾ ਮੈਂ ਤਾਂ ਤੈਨੂੰ ਨੂੰਹਾਂ ਵਾਂਗੂ ਸਮਝੇ ਨਹੀਂ ਕਦੇ ਮੈਂ ਤਾਂ ਤੈਨੂੰ ਧੀਆਂ ਵਾਂਗੂ ਹੀ ਸਮਝਿਆ ਧੀ ਸਮਝ ਦਿੱਤੀ ਬਸ ਤੈਨੂੰ ਕਿਹੜਾ ਕਹਤਾ ਲੱਛੀ ਤਾਂ ਜਾਂਦਾ ਨਹੀਂ ਫਿਰ ਉਹ ਕਿਉਂ ਨਹੀਂ ਜਾਂਦਾ ਇਹਦਾ ਮਤਲਬ ਤੂੰ ਸਿਖਾਉਣੀ ਆ ਫਿਰ ਉਸ ਨੂੰ ਅੱਛਾ ਬੇਬੇ ਮੈਂ ਸਿਖਾਉਣੀ ਆ ਤੂੰ ਸਾਨੂੰ ਲੜਾਉਣਾ ਚਾਹੁੰਦੀ ਆ ਲੜਾਉਣੇ ਵਾਲੀ ਕਿਹੜੀ ਗੱਲ ਹੈ ਤੈਨੂੰ ਕੀ ਪਤਾ ਨਹੀਂ ਕੀ ਹੁੰਦਾਗਾ ਘਰੇ ਕੀ ਹੁੰਦਾ ਘਰੇ ਕੀ ਨਹੀਂ ਮੈਂ ਕੀਤਾ ਤੇਰੇ ਵਾਸਤੇ ਕੱਪੜਾ ਲੀੜਾ ਧੋਤਾ ਤਾਂ ਤੈਨੂੰ ਮੰਜੇ ਤੇ ਰੋਟੀ ਟੁੱਕ ਤੈਨੂੰ ਤਾਂ ਮੰਜੇ ਤੇ ਤੂੰ ਮੇਰੇ ਆ ਸ਼ਾਂ ਪਾਉਣੀ ਹੈਗੀ ਸ਼ਾਂ ਪਾਉਣ ਵਾਲੀ ਕਿਹੜੀ ਗੱਲ ਹੈ ਇਹ ਐਵੇਂ ਵੀ ਕੋਈ ਗੱਲ ਹੈ ਹਾਂ ਬਿਨਾਂ ਮਤਲਬ ਤੋਂ ਗੱਲ ਪੈ ਗਈ ਕੀ ਹੋ ਗਿਆ ਰੌਲਾ ਕੀ ਕਰਦੀ ਨਹੀਂ ਯਾਰ ਕੁਛ ਨਾ ਕੁਛ ਰੋਜ਼ ਕਹਿੰਦੀ ਰਹਿੰਦੀ ਹੈ ਬੇਬੇ ਕੀ ਕਹਿੰਦੀ ਆ ਕੀ ਕਹਿੰਦੀ ਆ ਬਸ ਆਪਾਂ ਨੂੰ ਲੜਾਉਣਾ ਚਾਹੁੰਦੀ ਆਪਣੇ 'ਚ ਲੜਾਈ ਪਵਾਉਂਦੀ ਆ ਇਹ ਬੇਬੇ ਹੁਣ ਮਾਰ ਮਜ਼ਿਆ ਜੀ ਮੈਂ ਤੇਰਾ ਮੁੰਡਾ ਹੈਗਾ ਕੋਈ ਦੁਸ਼ਮਣ ਨਹੀਂ ਹੈਗਾ ਤੂੰ ਮੇਰੇ ਘਰ ਪਟਣ ਲੱਗੀ ਮੈਂ ਘਰ ਕਾਹਦੇ ਵਾਸਤੇ ਪਟਦੀ ਆ ਮੈਂ ਤਾਂ ਪੁੱਤ ਘਰ ਜੋੜਿਆ ਅੱਛਾ ਜੋੜਿਆ ਬੇਬੇ ਮੇਰੀ ਤਾਂ 100 ਗੱਲਾਂ ਦੀ ਇੱਕ ਗੱਲ ਆ ਜਾ ਇਸ ਕਰੇ ਤੂੰ ਰਹੇਗੀ ਜਾਂ ਮੈਂ ਰਹੂੰਗੀ ਸਿੱਧੀ ਗੱਲ ਆ ਮੇਰੇ ਕੋਲੇ ਤਾਂ ਲੈ ਲੋਕ ਵੀ ਤਾਂ ਰਹਿੰਦੀ ਨੇ ਇਹ ਕਿੱਧਰ ਦੀ ਗੱਲ ਆ ਵੀ ਜਾਂ ਮੈਂ ਰਹੂੰ ਜਾਂ ਤੂੰ ਰਹੂੰ ਮੈਂ ਹੁਣ ਫਿਰ ਸਾਰੀ ਉਮਰ ਇੱਥੇ ਹੱਡ ਦੇ ਕੇ ਹੁਣ ਮੈਂ ਜਾਵਾਂ ਕਿੱਥੇ ਤੁਸੀਂ ਦੇਖ ਲਓ ਕਿਵੇਂ ਕਰਨਾ ਜੇ ਨਹੀਂ ਕੁਛ ਹੁੰਦਾ ਮੈਂ ਤਾਂ ਝੋਲਾ ਚੱਕਦੀ ਆ ਚੜਦੀ ਆ ਬਸ ਚੱਲ ਫੈਸਲਾ ਕਰ ਹੀ ਲੈਣਾ ਮੈਂ ਤੂੰ ਐਂ ਕਰ ਬੇਬੇ ਝੋਲ ਲੈ ਤੱਕ ਬੇਬੇ ਗੱਲ ਸੁਣ ਲਾ ਮੇਰੀ ਇੱਕ ਤੂੰ ਖਾਣੀ 2 ਸਾਲਾਂ ਖਾਣੀ 4 ਸਾਲਾਂ ਠੀਕ ਆ ਮੈਂ ਸਾਰੀ ਉਮਰ ਕੱਢਣੀ ਇਹਦੇ ਨਾਲ ਫਿਰ ਮੈਂ ਆਪ ਨਾਲ ਹੱਥ ਹੁਣ ਤੂੰ ਵਗ ਜਾ ਬਸ ਮੇਰੀ ਵੀ ਗੱਲ ਸੁਣ ਲੈ ਮੈਂ ਵੀ ਤੈਨੂੰ ਜੰਮਿਆ ਮੈਨੂੰ ਤਾਂ ਤੂੰ ਕੱਢਦਾ ਉਹਨੂੰ ਕਹਿੰਦਾ ਇਹ ਇੱਥੇ ਰਹੂਗੀ 2-4 ਸਾਲ ਤੂੰ ਹਟਦੀ ਨਹੀਂ ਮੈਂ ਲਾਵਾਂ ਕਿੱਥੇ 2-4 ਸਾਲ ਕਿਤੇ ਮਰਜ਼ੀ ਦਾ ਆ ਤੂੰ ਨੇ ਤੇਰੇ ਤੂੰ ਮੈਨੂੰ ਛੱਡਿਆ ਤੂੰ ਪੁੱਤ ਮੈਨੂੰ ਬਿਰਦਾ ਸ਼ਰਮ 'ਚ ਛੱਡਿਆ ਮੈਂ ਤੈਨੂੰ ਕਿੱਥੇ ਛੱਡਿਆ ਵਾ ਉਹ ਅੱਡੇ ਤੋਂ ਬਾਹਰ ਜਾਂਦੀ ਹੈ ਚੜ ਜਾ ਬਸ ਚੱਲ ਆ ਜਾ ਮੈਂ ਸਾਰੀ ਉਮਰ ਉਰੇ ਕਮਾਈ ਗਿਆ ਤੂੰ ਐ
ਮੇਰੀ ਗੱਲ ਸੁਣ, ਐ ਨੀ ਮੈਂ ਜਾਂਦੀ। ਜਾ ਬਸ ਹੁਣ। ਐ ਕਿਵੇਂ ਜਾਊਂਗੀ, ਮੈਂ ਅੰਦਰ ਜਾਂਦੀ ਐ ਕਿਵੇਂ ਜਾ। ਚੱਲ ਚੱਲ ਤੂੰ ਇੱਧਰ ਜਾ ਬਸ। ਲੈ ਚੱਲ, ਇਹ ਇੱਧਰ ਦੀ ਗੱਲ ਕੀ ਆ, ਮੈਂ ਅੰਦਰ ਕਿਵੇਂ ਜਾਊਂਗੀ। ਆ ਜਾ ਲੈ, ਆ ਝੋਲਾ ਫੜਾਤਾ ਮੈਨੂੰ, ਮੈਂ ਜਾਊਂਗੀ ਕਿੱਥੇ। ਜਿੱਥੇ ਮਰਜ਼ੀ ਆ, ਸਾਨੂੰ ਨਹੀਂ ਪਤਾ ਬਸ। ਲੈ ਮੈਂ ਹੁਣ ਕਿੱਧਰ ਜਾਊਂਗੀ। ਆ ਜਾ ਬਸ, ਆ ਜਾ। ਨਾ ਦੇਖ ਲੈ, ਤੇਰੇ ਹੈ ਨਹੀਂ ਲੱਛਣ। ਮੈਂ ਤੈਨੂੰ ਬਹੁਤ ਔਖਾ ਨਾਲ ਪਾਲਿਆ। ਤੇਰੇ ਟੁਕੜਾ ਖਾਣਾ ਲੱਛਣ ਹੈ ਨਹੀਂ। ਮੈਂ ਤੂੰ ਇਕੱਲਾ ਤੀਵੀਂ ਵਾਂਗਰ ਲੱਗ ਕੇ। ਤੇਰੇ ਲੱਛਣ ਨਹੀਂ ਹੈਗੇ। ਮੈਂ ਮੇਰਾ ਪੁੱਤ ਐ ਤੂੰ। ਬਸ ਆ ਜਾ, ਤੂੰ ਜਾ ਬਸ। ਮੈਂ ਮੈਨੂੰ ਐ ਕਿੱਥੇ ਕੱਢਾਂਗਾ ਖਰਜਾ, ਮੈਂ ਸਿਰ ਦੇ ਕੇ ਜਾਊਂਗਾ। ਮੈਂ ਜਾਊਂਗੀ ਕਿੱਥੇ, ਜਾਊਂਗੀ ਕਿੱਥੇ। ਬੁਕੜਾ ਕੀ ਗੱਲ ਹੋ ਗਈ, ਕਿੱਥੇ ਜਾਊਂਗੀ ਹੈ, ਕੀ ਗੱਲ ਹੋ ਗਈ। ਮੈਨੂੰ ਘਰੋਂ ਕੱਢਤਾ, ਘਰੋਂ ਕੱਢਤਾ ਤੂੰ। ਇਹਨਾਂ ਪੁੱਤਾਂ ਦਾ ਬਾਹਰ ਕਮਾਨ ਕਰਦੀ ਸੀ ਦੇਖ। ਚੱਲ ਆ ਜਾ, ਇੱਥੇ ਦੋ ਰੋਟੀਆਂ ਮੈਂ ਖਾਊਂ, ਉੱਥੇ ਤੈਨੂੰ ਦੇਊ ਖਰਜ। ਜੇ ਇਹਨੂੰ ਖਾਵੇ ਮੈਂ ਤਾਂ ਬੱਠੜੀ ਫੇਰ ਲੈ ਜੂ ਚੱਕ ਕੇ ਚੱਕ। ਆ ਜਾ ਭੱਜ, ਲੈ ਫੜਾ ਝੋਲਾ, ਆ ਜਾ ਭੱਜ ਭੱਜ ਭੱਜ। ਰੋਣਾ ਰੋਣਾ ਰੋਣਾ, ਰੋਂਦੇ ਨਹੀਂ ਹੁੰਦੇ ਬਸ। ਜਿਹੜਾ ਪੁੱਤਾਂ ਦਾ ਗਮਾਨ ਕਰਦੀ ਸੀ ਦੇਖ ਲਾ ਹੈ, ਕੀ ਕੁਛ ਮੈਨੂੰ ਕੌੜੇ ਬੋਲ ਬੋਲਦੀ, ਕੜਮੀ ਫਲਾਨਾ ਹੈ। ਪਰ ਮੈਂ ਤਾਂ ਅੱਧੀ ਜਾਣਗੀ ਸੀ ਜਿੱਦੇ ਤੇਰਾ ਸੂਟ ਚਲਾ ਕੇ ਮਾਰਿਆ, ਤੂੰ ਪਲਸਤਰੀਆਂ ਮਾਰਦੀ ਸੀ ਬਸ। ਰੋਣਾ 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 ਬਸ ਬਸ, ਕਹੇ ਲੱਗ ਜਾ। ਭੈਣੇ ਮੈਂ ਤੇਰੇ ਨਾਲ ਬਹੁਤ ਕਰੀਆਂ ਤੀਆਂ ਭੈਣੇ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਕੋਈ ਨੀ, ਮੈਂ ਤਾਂ ਰੇਤ ਪਾਤਾ ਨਾ, ਤਾਂ ਏਡਾ ਹਕਾਰ ਕਰਿਆ ਮੈਨੂੰ, ਐ ਤੇ ਮੇਰੇ ਜਵਾਕ ਨੇ, ਮੈਂ ਤਾਂ ਬਾਲਾ ਕੁਛ ਕਰਕੇ ਦਿੱਤਾ ਤੀ ਜਵਾਕਾਂ ਨੂੰ। ਬਸ ਕੋਈ ਨੀ, ਸੋਚਦਾ ਮੈਂ ਨਹੀਂ ਪਤਾ ਸੀ ਭੈਣੇ ਵੀ ਮੇਰੇ ਨਾਲ ਐ ਕਰਨਗੇ। ਸ਼ਾਬਾਸ਼ ਤੇਰੇ ਜਿਹੜੀ ਨੇ ਤੈਂ ਮੈਨੂੰ ਲਵੇ ਲਾ। ਨਹੀਂ ਭੈਣੇ, ਮੈਂ ਤਾਂ ਤੈਨੂੰ ਲਵੇ ਲਾ ਕੇ ਰੱਖੂ, ਤੈਨੂੰ ਪਹਿਲਾਂ ਮੈਂ ਮਾਗਰੋ ਖਾਊਂ, ਤੈਨੂੰ ਜਿਹੜੀਆਂ ਦੋ ਰੋਟੀਆਂ ਪਕਾ ਕੇ ਪਹਿਲੀਆਂ ਤੇਰੀ ਥਾਈ 'ਚ ਧਰ ਕੇ ਬਣਾਊ। ਇਹ ਵੀ ਤੂੰ ਦੇਖ ਲਈ, ਜਿਹੜੀ ਕੜਮੀ ਨੂੰ ਮੱਥੇ ਨਹੀਂ ਸੀ ਲਾਉਂਦੀ, ਉੱਥੇ ਤੂੰ ਕਹਿੰਦੀ ਵਗ ਜਾ ਮੇਰੇ ਘਰੋਂ, ਤੂੰ ਕੜਮੀ ਹੈ। ਹੁਣ ਤਾਂ ਲੱਗ ਗਿਆ ਪਤਾ ਤੂੰ ਕਰਮ ਆਈ ਸੀ, ਇੱਥੇ ਕਰਮ ਨੂੰ ਚੜਦੇ ਨੇ। ਜਦੋਂ ਆਈ ਬੁੜੀ ਦੀ ਨੂੰਹ, ਬੁੜੀ ਦਾ ਕੰਧ ਬੰਨੀ ਮੂੰਹ ਕਰਤਾ ਨਾ ਕੰਧਾ ਕੋਠਿਆ ਬੰਨੀ, ਮੈਂ ਤਾਂ ਉਦੀ ਪਛਾਣ ਲਈ ਸੀ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਵੀਰ, ਜਿਵੇਂ ਹੁਣ ਵੀਡੀਓ ਦੇਖਦੇ ਹੋ ਨਾ, ਆਈ ਗੱਜ ਵੱਜ ਕੇ ਦੇਖਿਆ ਕਰੋ, ਵਧੀਆ ਵਧੀਆ ਕਮੈਂਟ ਕਰਕੇ ਦੱਸਿਆ ਕਰੋ। ਹਾਂਜੀ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ, ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਹੁਣ ਵਾਰੀ ਕਮੈਂਟਾਂ ਦੀ। ਹਰਮਨ ਬਰਾੜ, ਭਲਾਈਣ, ਸ੍ਰੀ ਮੁਕਤਸਰ ਸਾਹਿਬ ਜੀ, ਗਗਨਦੀਪ ਨੰਗਲ, ਅਰਸ਼ ਸਾਹਾ ਮਹਾਰਾਜ ਬਠਿੰਡਾ, ਗੁਰਦੀਪ ਸਿੰਘ ਘਾਸੀਵਾਲ, ਨਰਿੰਦਰ ਕੌਰ ਬਾਂਸਰ ਲੁਧਿਆਣਾ, ਸੁਦਾਗਰ ਸਿੰਘ ਨਿਹਾਲੂਵਾਲ, ਗੁਰਮੀਤ ਸਿੰਘ ਢਿੱਲੋਂ ਬੁੜਾ ਗੁੱਜਰ, ਲੱਕੀ ਭਾਟੀਆ, ਬਲਜਿੰਦਰ ਕੌਰ ਕਪੂਰਥਲਾ, ਜਿੰਮੀ ਬਾਬਰਪੁਰ ਨਾਭਾ, ਭਾਜਨ ਕੌਰ ਜੀਰਕਪੁਰ ਚੰਡੀਗੜ੍ਹ, ਜਸਕਰਨ ਸਿੰਗਲ ਕਨੇਡਾ, ਨਿਰਮਲ ਸਿੰਘ ਕੋਟ ਸੁਧਾਰ ਖਾਨ। ਹਾਂਜੀ, ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ, ਤੁਹਾਡੇ ਲਈ ਅਸੀਂ ਐਵੇਂ ਸੋਹਣਾ ਸੋਹਣਾ ਕੰਟੈਂਟ ਲੈ ਕੇ ਆਉਂਦੇ ਰਹਾਂਗੇ। ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।